ਸਤਿ ਸ਼੍ਰੀ ਅਕਾਲ ਦੋਸਤੋ ਜੇ ਜਾਣਾ ਪ੍ਰਦੇਸ਼ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਆ ਜਸਸੀ ਅੱਜ ਇੱਕ ਵਾਰ ਫੇਰ ਵਿਦੇਸ਼ ਜਾਣ ਬਾਰੇ ਤੁਹਾਨੂੰ ਬਹੁਤ ਹੀ ਬੜਮੁਲੀ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਵੈਸਟ ਹਾਈਲੈਂਡਰ ਇਮੀਗ੍ਰੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਗੁਰਵਿੰਦਰ ਸਿੰਘ ਕਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਮੈਮ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗੀ ਕਿਦਾਂ ਦਾ ਤੁਹਾਨੂੰ ਰਿਸਪੌਂਸ ਮਿਲ ਰਿਹਾ ਹੈ ਪਿਛਲੇ ਕੁਝ ਐਪੀਸੋਡਸ ਤੋਂ ਸਾਨੂੰ ਕਾਫੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਜੰਮੂ ਕਸ਼ਮੀਰ ਹਮਮ ਤੇ ਪੰਜਾਬ ਹਰਿਆਣਾ ਤੋਂ ਤਾਂ નો ਡਾਊਟ ਸਾਨੂੰ ਮਿਲ ਹੀ ਰਿਹਾ ਕਾਫੀ ਅੱਛਾ ਰਿਸਪੌਂਸ ਮਿਲ ਰਿਹਾ ਜੀ ਕਿੱਥੇ ਬੱਚੇ ਜਾਂਦਾ ਇੰਟਰਸਟ ਜ਼ਿਆਦਾ ਸ਼ੋਅ ਕਰ ਰਹੇ ਨੇ ਅੱਜ ਕੱਲ ਜ਼ਿਆਦਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦਾ ਜ਼ਿਆਦਾ ਚੱਲ ਰਿਹਾ ਕਿਉਂਕਿ ਕੈਨੇਡਾ ਦਾ ਹਾਲੇ ਇਨਟੇਕ ਥੋੜਾ ਅੱਗੇ ਹੈਗਾ ਹਮਮ ਲੇਕਿਨ ਤਿੰਨਾਂ ਦਾ ਹੀ ਅੱਛਾ ਰਿਸਪੌਂਸ ਮਿਲ ਰਿਹਾ ਲੇਕਿਨ ਨਿਊਜ਼ੀਲੈਂਡ ਆਸਟ੍ਰੇਲੀਆ ਦਾ ਕਾਫੀ ਅੱਛਾ ਮਿਲ ਰਿਹਾ ਤੇ ਉਹਨਾਂ ਦੀ ਪ੍ਰੋਸੈਸਿੰਗ ਸ਼ੁਰੂ ਹੋ ਗਈ ਹੋएगी ਵੀਜ਼ਾ ਦੀ ਕਾਫੀ ਕਾਫੀ ਹਾਂ ਜੀ ਕਾਫੀ ਐਡਮਿਸ਼ਨਸ ਹੋ ਗਏ ਤੇ ਅੱ अच्छा जेड़े दर्शक पहली बार एपिसोड देख रहे हैं मैं चाहूंगी थोड़ा सा अपनी कंपनी के बारे दसो अपनी ऑर्गेनाइजेशन के बारे दसो वेस्ट आइलैंड ड्रीम इमिग्रेशन कंसल्टेंसी सर्विसेज प्राइवेट लिमिटेड 9 साल पुरानी कंपनी है जी 2005 में एस्टेब्लिश की थी पर मेनू पर्सनली 2000 तो एक्सपीरियंस है तो 13 इयर्स हो गए इस लाइन दे विच इस तो अलावा मैं पहला भी दसया काफी एपिसोड्स दे विच ਕਿ ਸਾਡੇ ਕੋਲ ਕਾਫੀ ਸਾਰੇ ਜੋ ਲਾਇਸੈਂਸ ਐਂਡ ਕੁਆਲੀਫਿਕੇਸ਼ਨਸ ਆ ਇਸ ਵੀਕ ਸਾਡੇ ਕੋਲ ਦੋ ਕੁਆਲੀਫਿਕੇਸ਼ਨਸ ਹੋਰ ਐਡ ਹੋ ਗਏ ਓਕੇ ਇੱਕ ਸਾਡੇ ਡਾਇਰੈਕਟਰ ਮੈਮ ਨੇ ਪ੍ਰਵਿੰਦਰ ਕੌਰ ਨੇ ਇੱਕ ਹੋਰ ਕੈਨੇਡਾ ਦਾ ਕੈਨੇਡਾ ਐਜੂਕੇਸ਼ਨ ਏਜੰਟਸ ਲਈ ਕੋਰਸ ਹੁੰਦਾ ਉਹ ਕੁਆਲੀਫਾਈ ਕੀਤਾ ਉਹਦਾ ਸਰਟੀਫਿਕੇਟ ਸਾਨੂੰ ਮਿਲ ਗਿਆ ਹਮਮ ਇਸ ਤਰ੍ਹਾਂ ਇੱਕ ਮਾਈਗ੍ਰੇਸ਼ਨ ਲਾਇਸੈਂਸ ਹੁੰਦਾ ਆਸਟ੍ਰੇਲੀਆ ਦਾ ਉਹਦੀ ਸਰਟੀਫਿਕੇਸ਼ਨ ਸਾਨੂੰ ਮਿਲੀ ਆ ਤੇ ਉਸ ਤੋਂ ਇਲਾਵਾ ਸਾਡੇ ਕੋਲ ਪਹਿਲਾਂ ਵੀ ਦੱਸਿਆ ਸੀ ਮਾਈਗ੍ਰੇਸ਼ਨ ਏਜੰਟਸ ਆ ਇੱਕ ਲਾਇਸੈਂਸ ਹੁੰਦਾ ਮਾਰਾ ਦਾ ਆਸਟ੍ਰੇਲੀਅਨ ਗਵਰਨਮੈਂਟ ਦੇ ਵੱਲੋਂ ਹਮਮ ਉਹ ਸਾਡੇ ਕੋਲ ਆ ਕਾਫੀ ਸਾਲਾਂ ਤੋਂ ਨਿਊ ਇਵਨ ਯੂਰ ਨਿਊਜ਼ੀਲੈਂਡ ਗਵਰਨਮੈਂਟ ਦਾ ਲਾਇਸੈਂਸ ਹੈਗਾ ਆਈਏ ਦਾ ਉਹ ਕੰਪਲਸਰੀ ਹੈਗਾ ਇਮੀਗ੍ਰੇਸ਼ਨ ਐਡਵਾਈਸ ਲਈ ਸ਼ਾਇਦ ਸਾਰੇ ਬਹੁਤ ਸਾਰੇ ਦਰਸ਼ਕ ਇਹ ਨਹੀਂ ਜਾਣਦੇ ਤੇ ਉਹ ਰੋਂਗ ਐਡਵਾਈਸ ਲੈ ਲੈਂਦੇ ਆ ਫਿਰ ਵੀ ਉਹ ਰਿਫਿਊਜ਼ਲ ਵਗੈਰਾ ਜਾਂ ਵੀਜ਼ਾ ਆਪਣਾ ਖਰਾਬ ਕਰਕੇ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਪਹਿਲਾਂ ਹੀ ਮਤਲਬ ਇਹ ਵੈਰੀਫਾਈ ਕਰਨਾ ਚਾਹੀਦਾ ਚੈੱਕ ਕਰਨਾ ਚਾਹੀਦਾ ਤੇ ਕੁਆਲੀਫਾਈਡ ਕੰਸਲਟੈਂਟ ਕੋਲ ਹੀ ਜਾਣਾ ਚਾਹੀਦਾ ਇਸ ਲਈ ਉਹ ਸੇਫ ਰਹਿਣਗੇ ਉਹਨਾਂ ਦਾ ਪੈਸਾ ਪੈਸਾ ਟਾਈਮ ਵੇਸ ਨਹੀਂ ਹੋਏਗਾ ਉਹਨਾਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ ਅੱਛਾ ਇਹ ਸਾਰੇ ਲਾਇਸੈਂਸ ਦੇ ਇਲਾਵਾ ਹੋਰ ਤੁਹਾਡੀ ਕੀ ਯੂਐਸਪੀ ਹੈ ਇਸ ਤੋਂ ਲਾਵਾ ਸਬ ਤੋਂ ਵੱਡਾ ਯੂਐਸਪੀ ਆ ਜੀ ਕਿ ਅਸੀਂ ਜੋ ਕਸਟਮਰ ਸਾਡੇ ਕੋਲ ਜੋ ਵੀ ਜਾਂਦਾ ਉਹਦਾ ਜੋ ਐਂਡਰਸ ਪ੍ਰੋਡਕਟ ਉਹ ਜੋ ਵੀ ਹਾਸਲ ਕਰਨਾ ਚਾਹੁੰਦਾ ਐਂਡ ਕੋਲ ਸਾਡਾ ਵੀ ਐਂਡ ਕੋਲ ਉਹੀ ਹੈ ਮਤਲਬ ਕਿ ਅਸੀਂ ਪੂਰਾ ਆਪਣੀ ਪੂਰਾ ਜੋਰ ਲਗਾ ਦਿੰਦੇ ਆ ਕਿ ਉਹਦਾ ਵੀਜ਼ਾ ਜੋ ਵੀ ਹੈ ਸਕਸੈਸਫੁਲ ਹੋਏ ਤੇ ਬੜਾ ਟਰਾਂਸਪੇਰੈਂਟ ਤੇ ਓਨੈਸਟ ਸਿਸਟਮ ਹੁੰਦਾ ਬੜਾ ਮਤਲਬ ਕਸਟਮਰ ਨੂੰ ਹਰ ਇੱਕ ਸਟੈਪ ਦਾ ਪਤਾ ਹੁੰਦਾ ਉਹਦਾ ਕੀ ਹੋ ਰਿਹਾ ਕੋਈ ਫਾਈਨੈਂਸ਼ੀਅਲ ਡੀਲਿੰਗ ਕੈਸ਼ ਨਾਲ ਨਹੀਂ ਹੁੰਦੀ ਸਾਰੀਆਂ ਫੀਸਸ ਸਟੂਡੈਂਟ ਖੁਦ ਦਿੰਦੇ ਆ ਤੇ ਅਸੀਂ ਆਪਣੀ ਕੋਈ ਕੰਸਲਟੈਂਸੀ ਫੀ ਨਹੀਂ ਲੈਂਦੇ ਸਟੂਡੈਂਟ ਤੋਂ ਹਮਮ ਤੇ ਤੁਸੀਂ ਕਿਹੜੀਆਂ ਕਿਹੜੀਆਂ ਕੰਟਰੀਜ਼ ਵਿੱਚ ਡੀਲ ਕਰਦੇ ਹੋ ਅਸੀਂ ਇਸ ਵਕਤ ਮਤਲਬ ਅਸੀਂ ਜ਼ਿਆਦਾ ਫੋਕਸ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਦੇ ਉੱਤੇ ਕਰ ਰਹੇ ਹਾਂ ਜੀ ਹਮਮ ਤੇ ਵੈਸੇ ਤੁਸੀਂ ਸਿਰਫ ਸਟੂਡੈਂਟ ਵੀਜ਼ਾ ਕਰਦੇ ਹੋ ਯਾ ਸਟੂਡੈਂਟ ਵੀਜ਼ਾ ਜੀ ਕਰਦੇ ਹਾਂ ਜੀ ਸਿਰਫ ਤੇ ਆਪਾਂ ਹੁਣ ਸ਼ੁਰੂਆਤ ਆਸਟ੍ਰੇਲੀਆ ਤੋਂ ਕਰੀਏ ਹਾਂ ਜੀ ਹਾਂ ਜੀ ਬਿਲਕੁਲ ਯਾ ਅੱਛਾ ਆਸਟ੍ਰੇਲੀਆ ਵਿੱਚ ਕੁਝ ਲੇਟੈਸਟ ਰੂਲਸ ਬਦਲੇ ਨੇ ਰੂਲਸ ਐਂਡ ਰੈਗੂਲੇਸ਼ਨਸ ਬਦਲੇ ਨੇ ਕੁਝ ਆਸ ਐਸ ਵੀ ਪੀ ਲਿਸਟ ਹੈ ਸੋਰੀ ਉਹ ਐਕਸਟੈਂਡ ਹੋਈ ਹੈ ਅਬਾਊਟ 20 ਇੰਸਟੀਟਿਊਸ਼ਨਸ ਹੋ ਰਹਾ ਹੈ ਤਾਂ ਮਤਲਬ ਇਹਦੇ ਨਾਲ ਈਜ਼ੀ ਹੋ ਜਾਏਗਾ ਸਟੂਡੈਂਟਸ ਲਈ ਹੋਰ ਥੋੜਾ ਕਿਉਂਕਿ ਕੁਝ ਟੇਪਸ ਆ ਗਏ ਆ ਪ੍ਰਾਈਵੇਟ ਕਾਲਜਸ ਆ ਗਏ ਜਿਨ੍ਹਾਂ ਦੀ ਫੀਸ ਰੀਜ਼ਨੇਬਲ ਆ ਪਹਿਲਾਂ ਇੱਕ ਕੰਪਲਸ਼ਨ ਸੀ ਸਟੂਡੈਂਟ ਨੂੰ ਜੇ ਅਗਰ ਵੀਜ਼ਾ ਲੈਣਾ ਆਸਟ੍ਰੇਲੀਆ ਤਾਂ ਉਹਨੂੰ ਯੂਨੀਵਰਸਿਟੀ ਦੀ ਬਹੁਤ ਹਾਈ ਫੀਸ ਦੇਣੀ ਪੈਂਦੀ ਸੀ ਹੁਣ ਉਹ ਥੋੜੀ ਘੱਟ ਫੀਸ ਨਾਲ ਵੀ ਇਵਨ ਆਪਸ਼ਨਸ ਵਧ ਗਈਆਂ ਸਿਟੀ ਵਾਈਜ਼ ਹਾਂ mm ਹਾਂ -hmm. there are different matlab more options ਪਹਿਲਾਂ ਕਾਫੀ ਘੱਟ ਸੀ ਗਿਆ ਸਿਟੀ ਵਾਈਜ਼ ਆਪਸ਼ਨਸ ਨਾ ਕੋਈ ਸਟੂਡੈਂਟ ਆਂਦਾ ਸੀ ਪਰਟੀਕੂਲਰ ਮੈਸਿਡਨੀ ਜਾਣਾ ਤਾਂ ਇੱਕ ਦੋ ਆਪਸ਼ਨਸ ਹੁੰਦੀਆਂ ਸੀ ਹੁਣ ਕਾਫੀ ਸਾਰੀਆਂ ਕਿ ਮੈਲਬਨ ਜਾਣਾ ਚਾਹੁੰਦਾ ਹਾਂ ਤੇ ਉੱਥੇ ਆਪਸ਼ਨਸ ਹੈਗੀਆਂ ਤੇ ਤੁਸੀਂ ਕਿਹੜੇ ਕਿਹੜੇ ਯੂਨੀਵਰਸਿਟੀਆਂ ਦੇ ਕਾਲਜਿਸ ਦੇ ਨਾਲ ਟਾਈ ਅਪ ਕੀਤਾ ਹੋਇਆ ਅਸੀਂ ਆਲਮੋਸਟ ਹਰ ਇੱਕ ਸਿਟੀ ਦੇ ਵਿੱਚ ਸਾਡੇ ਕੋਲ ਆਪਸ਼ਨ ਹੈਗਾ ਜੀ ਜੋ ਮੇਜਰ ਸਿਟੀਆਂ ਹੈਗੀਆਂ ਸਿਡਨੀ ਮੈਲਬਨ ਪਰਥ ਐਡੀਲੇਡ ਬ੍ਰਿਸਬਨ ਗੋਲਡ ਕੋਸਟ ਤੇ ਟਸਮਾਨੀਆ ਦੀ ਹਾਬਰਟ ਜੋ ਕੈਪੀਟਲ ਸਿਟੀ ਹੈ ਕੈਨਬਰਾ ਸਾਰਿਆਂ ਦੇ ਵਿੱਚ ਸਾਡੇ ਕੋਲ ਟਾਈਪਸ ਤੇ ਆਪਸ਼ਨਸ ਹੈਗੀਆਂ ਤੇ ਟਾਪ ਯੂਨੀਵਰਸਿਟੀਆਂ ਕਾਲਜਸ ਟੇ ਫਾਰਕ ਰੇਂਜ ਦੇ ਇੰਸਟੀਟਿਊਸ਼ਨਸ ਹੈਗੇ ਸਾਡੇ ਕੋਲ ਡਿਪੈਂਡ ਕਰਦਾ ਸਟੂਡੈਂਟ ਕਿਸ ਤਰ੍ਹਾਂ ਦਾ ਇੰਸਟੀਟਿਊਸ਼ਨ ਲੈਣਾ ਚਾਹੁੰਦਾ ਉਹ ਟਾਪ ਮੋਸਟ ਜਾਣਾ ਚਾਹੁੰਦਾ ਉਹ ਵੀ ਸਾਡੇ ਕੋਲ ਹੈ ਐਵਰੇਜ ਦੇ ਵਿੱਚ ਜਾਣਾ ਚਾਹੁੰਦਾ ਉਹ ਵੀ ਸਾਡੇ ਕੋਲ ਹੈ ਬਿਲੋ ਐਵਰੇਜ ਸਾਡੇ ਕੋਲ ਨਹੀਂ ਹੈ ਬਿਕੋਜ਼ ਅਸੀਂ ਬਿਲੋ ਐਵਰੇਜ ਨਾਲ ਨਹੀਂ ਕੰਮ ਕਰਦੇ ਥੋੜਾ ਜਿਹਾ ਦੇ ਵਿੱਚ ਰਿਸਕ ਇਨਵੋਲਡ ਹੁੰਦਾ ਰਿਸਕ ਇਨਵੋਲਡ ਇਹ ਹੁੰਦਾ ਕੀ ਗੱਲ ਨੂੰ ਤੁਹਾਡਾ ਕਾਲਜ ਤੇ ਪ੍ਰੋਬਲਮ ਆ ਜੇ ਕੋਈ ਬੰਦ ਹੋ ਜਾਏ ਹਮਮ ਉਹਨੂੰ ਜਿਹੜਾ ਆਰਟੀਯੂ ਹੈਗਾ ਜਾਂ ਉਹਨਾਂ ਦਾ ਕ੍ਰਾਈਕੋਸ ਕੈਨਸਲ ਹੋ ਜਾਏ ਜਾਂ ਕੁਝ ਕੋਈ ਵੀ ਇਸ਼ੂ ਆ ਜਾਏ ਤਾਂ ਪ੍ਰੋਬਲਮ ਆ ਸਕਦੀ ਹੈ ਸਟੂਡੈਂਟ ਨੂੰ ਫਿਊਚਰ ਦੇ ਵਿੱਚ ਸਿਰਫ ਉਹਨਾਂ ਨੂੰ ਅਵੋਇਡ ਕਰਦੇ ਹਾਂ ਬਾਕੀ ਜਿਹੜੇ ਸਾਰੇ ਸੇਫ ਹੈਗੇ ਆ ਉਹਨਾਂ ਨਾਲ ਕਰਦੇ ਹਾਂ ਜੀ ਕੋਈ ਵੀ ਤੁਹਾਨੂੰ ਆਪਸ਼ਨ ਚਾਹੀਦੀ ਹੈ ਕਿਸੇ ਵੀ ਸਿਟੀ ਦੇ ਵਿੱਚ ਹਮਮ ਕਿਸੇ ਵੀ ਤਰ੍ਹਾਂ ਦੀ ਆਪਸ਼ਨ ਚਾਹੀਦੀ ਹੈ ਸਭ ਅਵੇਲੇਬਲ ਹੈ ਹਮਮ ਅੱਛਾ ਪ੍ਰਾਈਵੇਟ ਤੇ ਗਵਰਨਮੈਂਟ ਕਾਲਜਿਸ ਵਿੱਚ ਕੀ ਫਰਕ ਹੈ ਇੰਟਰਨੈਸ਼ਨਲ ਸਟੂਡੈਂਟ ਲਈ ਤਾਂ ਕੋਈ ਖਾਸ ਫਰਕ ਨਹੀਂ ਹੁੰਦਾ ਜੀ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਅਗਰ ਤੁਸੀਂ ਰਿਕਰੂਟ ਕਰਨਾ ਕਿਸੇ ਵੀ ਕਾਲਜ ਨੇ ਉਹਨ ਨੰਬਰ ਲੈਣਾ ਪੈਂਦਾ ਹੈ ਕਿ ਲਾਇਸੈਂਸ ਲੈਣਾ ਪੈਂਦਾ ਹੈ ਅਗਰ ਤੁਹਾਡੇ ਕੋਲ ਕ੍ਰਾਈਕੋਸ ਹੈ ਤਾਂ ਗਵਰਨਮੈਂਟ ਨੇ ਕੁਝ ਦੇਖ ਕੇ ਤੁਹਾਨੂੰ ਦਿੱਤਾ ਹੋਵੇਗਾ ਤਾਂ ਉਹ ਇੰਨਾ ਫਰਕ ਨਹੀਂ ਪੈਂਦਾ ਪ੍ਰਾਈਵੇਟ ਹੈ કે ਗਵਰਨਮੈਂਟ ਹੈ ਡਸਨਟ ਮੈਟਰ ਲੇਕਿਨ ਅੱਜਕਲ ਜਨਰਲੀ ਵੀਜ਼ਾ ਹੀ ਗਵਰਨਮੈਂਟ ਦੇ ਵਿੱਚ ਮਿਲ ਰਿਹਾ ਤਾਂ ਜ਼ਿਆਦਾ ਕੋਈ ਆਪਸ਼ਨ ਨਹੀਂ ਹੈ ਪ੍ਰਾਈਵੇਟ ਦੀ 80 ਤੋਂ 90% ਤਾਂ ਗਵਰਨਮੈਂਟ ਹੀ ਹੈ ਟੌਪ ਯੂਨੀਵਰਸਿਟੀਆਂ ਜਾਂ ਟੈਪਸ ਹੈਗੇ ਦੋ ਚਾਰ ਆ ਪ੍ਰਾਈਵੇਟ ਕਾਲਜਿਸ ਕੋਈ ਜ਼ਿਆਦਾ ਆਪਸ਼ਨ ਨਹੀਂ ਹੈ ਤੇ ਤੁਸੀਂ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਗਵਰਨਮੈਂਟ ਇੰਸਟੀਟਿਊਸ਼ਨ ਜਿਹੜੀਆਂ ਨੇ ਉਹ ਜ਼ਿਆਦਾ ਐਕਸਪੈਂਸਿਵ ਨੇ ਉਹਨਾਂ ਦੀ ਫੀਸ ਜ਼ਿਆਦਾ ਹੈਗੀ ਹੈ ਪ੍ਰਾਈਵੇਟ ਕਾਲਜਸ ਤੋਂ ਇਹਦਾ ਕਾਰਨ ਕੀ ਹੈਗਾ ਹਾਂਜੀ ਗਵਰਨਮੈਂਟ ਦੀ ਫੀਸ ਜ਼ਿਆਦਾ ਹੈ ਉੱਥੇ ਹਾਇਰ ਐਜੂਕੇਸ਼ਨ ਦੇ ਵਿੱਚ ਓਕੇ ਅਗਰ ਤੁਸੀਂ ਸਕੂਲ ਦੇ ਵਿੱਚ ਜਾਣਾ 9th ਤੋਂ ਬਾਅਦ ਤੁਸੀਂ ਸਕੂਲ 'ਚ ਜਾ ਸਕਦੇ ਆ ਹਲਟਸੋ ਬਿਨਾ ਪੇਰੈਂਟਸ ਵੀ ਨਾਲ ਜਾ ਸਕਦੇ ਆ ਬੜਾ ਈਜ਼ੀ ਵੀਜ਼ਾ ਹਲਟਸ ਵੀ ਨਹੀਂ ਚਾਹੀਦਾ ਉਹਦੇ ਲਈ ਉਹਦੀ ਫੀਸ ਗਵਰਨਮੈਂਟ ਸਕੂਲਸ ਦੀ ਘੱਟ ਆ ਪ੍ਰਾਈਵੇਟ ਦੀ ਜ਼ਿਆਦਾ ਹਮਮ ਲੇਕਿਨ ਅਗਰ ਤੁਸੀਂ ਹਾਇਰ 'ਚ ਜੰਨੇ ਹਾਇਰ ਐਜੂਕੇਸ਼ਨ ਆਫਟਰ 10+2 ਬੈਚਲਰਸ ਜਾਂ ਗਵਰਨਮੈਂਟ ਦੀ ਫੀਸ ਜ਼ਿਆਦਾ ਹੈ ਤੇ ਪ੍ਰਾਈਵੇਟ ਦੀ ਘੱਟ ਹੈ। ਤੇ ਉਹਦਾ ਰੀਜ਼ਨ ਇਹੀ ਹੋ ਸਕਦਾ 인ਫਰਾਸਟ੍ਰਕਚਰ ਆਈ ਥਿੰਕ ਜੋ ਗਵਰਨਮੈਂਟ ਦਾ ਬਹੁਤ ਵੱਡਾ ਹੈਗਾ। ਉਹਦੇ ਵਿੱਚ ਇਨਵੈਸਟਮੈਂਟ ਬਹੁਤ ਜ਼ਿਆਦਾ ਹੈ। ਕਿਉਂਕਿ ਜੋ ਅਪ ਟੂ ਸਕੂਲਿੰਗ ਐਜੂਕੇਸ਼ਨ ਹੋ ਤਾਂ ਇੱਕ ਤਰ੍ਹਾਂ ਦੀ ਵੈਲਫੇਅਰ ਜਾਂ ਲੋ ਕੋਸਟ ਹੀ ਹੁੰਦੀ ਹੈ। इवन ਉੱਥੇ ਫ੍ਰੀ ਹੈਗੀ ਆ ਰੈਜ਼ੀਡੈਂਟਸ ਲਈ ਸਿਟੀਜ਼ਨਸ ਲਈ ਤਾਂ ਫ੍ਰੀ ਹੈ। ਇੰਟਰਨੈਸ਼ਨਲ ਲਈ ਵੀ ਰੀਜ਼ਨੇਬਲ ਹੈ। ਹਾਇਰ ਕੋਸਟਲੀ ਹੈ। ਅੱਛਾ ਰੈਕੋਗਨੀਸ਼ਨ ਦੋਨਾਂ ਦੀ ਸੇਮ ਹੈ ਅਗਰ ਬੱਚਾ ਗਵਰਨਮੈਂਟ ਤੋਂ ਪੜਦਾ ਹੈ ਪ੍ਰਾਈਵੇਟ ਤੋਂ ਪੜਦਾ ਕੁਝ ਫਰਕ ਹੈ ਬਾਅਦ ਚੋਂ ਨਹੀਂ ਕੋਈ ਫਰਕ ਨਹੀਂ ਹੈ ਰੈਕੋਗਨੀਸ਼ਨ ਸੇਮ ਹੈ ਉਹਨਾਂ ਨੂੰ ਇਕੁਅਲ ਟ੍ਰੀਟਮੈਂਟ ਮਿਲੇਗੀ ਪੋਸਟ ਸਟੱਡੀ ਵਰਕ ਵੀਜ਼ਾ ਮਿਲੇਗਾ ਪ੍ਰੋਪਰ 2 ਸਾਲ ਦਾ ਜੋ ਵੀ ਮਿਲਦਾ ਜਾਂ 3 ਸਾਲ ਦਾ ਵੀ ਕਿਸੇ ਕੇਸ ਕੋਈ ਹੋਰ ਦੇ ਵਿੱਚ 4 ਸਾਲ ਦਾ ਵੀ ਹੈ ਤਾਂ ਉਹ ਸਭ ਮਿਲੇਗਾ ਅੱਛਾ ਹੋਰ ਕੀ ਰਿਕੁਆਇਰਮੈਂਟਸ ਨੇ ਅਗਰ ਬੱਚੇ ਨੇ ਆਸਟ੍ਰੇਲੀਆ ਜਾਣਾ ਹੈ ਕੀ ਕੀ ਰਿਕੁਆਇਰਮੈਂਟਸ ਹੋਣੀਆਂ ਚਾਹੀਦੀਆਂ ਨੇ ਆਸਟ੍ਰੇਲੀਆ ਜਾਣ ਲਈ ਤੁਹਾਡੇ ਕੋਲ ਆਇਲਟਸ ਹੋਣਾ ਚਾਹੀਦਾ ਮਿਨੀਮਮ 5 ਬੈਂਡ ਓਵਰਆਲ ਤੇ ਅਗਰ ਤੁਸੀਂ ਅੰਡਰ ਗ੍ਰੈਜੂਏਟ ਲਈ ਜਾਣਾ ਤਾਂ ਤੁਹਾਨੂੰ ਹੈਲਿਕੋਸਟ ਕਰਨਾ ਪਏਗਾ ਅਗਰ 5 ਬੈਂਡ ਆ। ਹੂੰ ਹੂੰ। ਵੈਸੇ ਰਿਕੁਆਇਰਮੈਂਟ 6 ਆ ਅਗਰ 5 ਵੀ ਆ ਤਾਂ ਓਕੇ ਆ। 5.5 ਆ ਤਾਂ ਵੀ ਓਕੇ ਹੈਗਾ। 5.5 ਨਾਲ ਵੀ ਹੈਲਿਕੋਸਟ ਨਹੀਂ ਲੱਗੇਗਾ ਤੁਹਾਨੂੰ। ਹੂੰ ਹੂੰ। ਪੋਸਟ ਗ੍ਰੈਜੂਏਟ ਲਈ ਵੀ ਤੁਹਾਨੂੰ ਆਇਲਟਸ ਮਿਨੀਮਮ 5 ਤੁਹਾਡੇ ਕੋਲ ਹੋਣਾ ਚਾਹੀਦਾ। ਹੂੰ ਹੂੰ। ਤੇ ਅਗਰ ਤੁਹਾਡੇ ਕੋਲ ਆਇਲਟਸ 5 ਹੈਗਾ ਤੇ ਤੁਹਾਡਾ ਗੈਪ ਨਹੀਂ ਆ ਜਿਆਦਾ। ਹੂੰ ਹੂੰ। ਐਂਡ ਸਟੱਡੀ ਜਾਂ ਤੁਸੀਂ ਕੰਮ ਕਰ ਰਹੇ ਸੀ ਜਾਂ ਸਟੱਡੀ ਕਰ ਰਹੇ ਸੀ ਰੈਗੂਲਰ ਤੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਉਸ ਚੀਜ਼ ਦਾ। ਤੁਸੀਂ ਆਮਨਾ ਵੀਜ਼ਾ ਅਪਲਾਈ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਵੀਜ਼ਾਸ ਮਿਲ ਰਹੇ ਹੂੰ ਹੂੰ ਕਿੰਨੇ ਟਾਈਮ ਵਿੱਚ ਵੀਜ਼ਾ ਆ ਜਾਂਦਾ ਵੀਜ਼ਾਸ ਦੋ ਤਰ੍ਹਾਂ ਦੇ ਆਦੀ ਅਗਰ ਤੁਸੀਂ ਪੇਪਰ ਫਾਈਲਿੰਗ ਕਰਦੇ ਹੋ ਦਿੱਲੀ ਵਿੱਚ ਉਹਦੇ ਚ ਤਾਂ ਕਾਫੀ ਟਾਈਮ ਲੱਗਦਾ ਅਗਰ ਅਸੀਂ ਆਨਲਾਈਨ ਵੀਜ਼ਾ ਫਾਈਲ ਕਰਦੇ ਹਾਂ ਤਾਂ ਮੈਕਸਿਮਮ 15 ਡੇਜ਼ ਦੇ ਅੰਦਰ ਵੀਜ਼ਾ ਅਪਰੂਵਲ ਹੋ ਜਾਂਦਾ ਅਗਰ ਤੁਸੀਂ ਫਾਈਲ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰੋ ਹੂੰ ਹੂੰ ਬੇਸਿਕਲੀ ਜੋ ਉੱਥੇ ਇਮੀਗ੍ਰੇਸ਼ਨ ਉਹ ਜ਼ਿਆਦਾ ਵੀਜ਼ਾ ਰਿਜੈਕਟ ਨਹੀਂ ਕਰਨਾ ਚਾਹੁੰਦੇ ਬੇਸਿਕਲੀ ਵੀਜ਼ਾ ਦੇਣਾ ਚਾਹੁੰਦੇ ਆ ਹੂੰ ਹੂੰ ਪਰ ਲੇਕਿਨ ਅਗਰ ਅਸੀਂ ਇਹਨਾਂ ਨੂੰ ਉੱਲੂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਫਿਰ ਵੀਜ਼ ਉਹਨਾਂ ਨੇ ਕਿਹਾ ਹੈ ਕਿ ਸਾਰਤ ਅੱਠ ਪੇਪਰ ਹੈਗੇ ਆ ਕੋਈ ਤੁਹਾਡੇ ਤੋਂ ਮੰਗੇ ਆ ਉਹ ਸਾਰੇ ਜੈਨੂਇਨ ਦੇ ਦੋ ਉਹਨਾਂ ਨੂੰ ਉਹਨਾਂ ਨੂੰ ਫਾਈਨੈਂਸ ਜੈਨੂਇਨ ਦੇ ਦੋ ਤੁਹਾਡੇ ਅਕੈਡੈਮਿਕ ਐਕਸਪੀਰੀਅੰਸ ਜੈਨੂਇਨ ਹੋਵੇ ਸਭ ਕੁਝ ਜੈਨੂਇਨ ਸੱਚ ਸੱਚ ਦੱਸ ਦੋ ਤਾਂ ਕੋਈ ਇਸ਼ੂ ਨਹੀਂ ਆ ਵੀਜ਼ਾ ਮਿਲ ਜਾਂਦਾ ਸਿਰਫ ਵੀਜ਼ਾ ਉਹਨਾਂ ਕਿਸਾਂ ਚ ਰਿਜੈਕਟ ਹੁੰਦਾ ਜੇ ਤੁਸੀਂ ਵੀ ਟ੍ਰਾਈ ਟੂ ਬੀ ਫੂਲ ਉਹਨਾਂ ਮਤਲਬ ਉਹਨਾਂ ਨੂੰ ਮਿਸਗਾਈਡ ਮਿਸਲੈਡ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਫਾਈਂਡ ਆਊਟ ਕਰ ਹੀ ਲੈਂਦੇ ਆ ਉਹਦੇ ਚ ਤੁਹਾਡਾ ਰਿਸਕ ਹੋ ਜਾਂਦਾ ਹੋ ਸਕਦਾ ਨਾ ਵੀ ਫਾਈਂਡ ਆਊਟ ਕਰਨ ਕਿਸੇ ਕੇਸ ਚ ਤੀਰ ਤੁੱਕਾ ਚੱਲ ਜੇ ਕਿਸੇ ਦਾ ਹੋ ਵੀ ਜਾ ਲੇਕਿਨ ਇਹ ਪੇਪਰ ਵਰਕ ਦੇ ਬੇਸਿਸ ਤੇ ਉਹਨਾਂ ਨੇ ਅਸੈਸਮੈਂਟ ਲਗਾਨੀ ਆ। ਤੁਹਾਡੇ ਤੋਂ ਪੁੱਛਣਾ ਤਾਂ ਹੈ ਨੀ ਨਾ ਤੁਹਾਡਾ ਕੀ ਜੈਨੂਇਨ ਹੈ ਤੁਹਾਡਾ ਕੀ ਨਹੀਂ ਜੈਨੂਇਨ ਉਹਨੇ ਵੈਰੀਫਾਈ ਕਰਨਾ। ਉਹ ਵੈਰੀਫਿਕੇਸ਼ਨ ਸਾਰੀਆਂ ਸਹੀ ਹੋਣੀਆਂ ਚਾਹੀਦੀਆਂ। ਫਿਰ ਕੋਈ ਅੱਛਾ ਵੀਜ਼ਾ ਕਿੰਨੀ ਕੁ ਦੇਰ ਵਿੱਚ ਆ ਜਾਂਦਾ ਹੈ? ਬਟ 15 ਡੇਸ ਲੱਗਦੇ ਨੇ ਔਨਲਾਈਨ ਵੀਜ਼ਾ ਦੇ ਵਿੱਚ ਜਾਂ। ਓਕੇ ਤੇ ਫੰਡਸ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਫੰਡਸ ਦੀ ਕੀ ਰਿਕੁਆਇਰਮੈਂਟ ਹੈਗੀ ਹੈ? ਫੰਡਸ ਐਸਬੀਪੀ ਦੇ ਵਿੱਚ ਤੁਹਾਨੂੰ ਫਸਟ ਈਅਰ ਦੇ ਫੰਡਸ ਸ਼ੋ ਕਰਨੇ ਆ। ਲਿਵਿੰਗ ਕਾਸਟ ਟਿਊਸ਼ਨ ਫੀ ਅਗਰ ਸਪਾਊਸ ਹੈ ਤਾਂ ਸਪਾਊਸ ਦੀ ਵੀ ਲਿਵਿੰਗ ਕਾਸਟ ਇਹ ਸਾਰੇ ਫੰਡਸ ਤੁਹਾਡੇ ਕੋਲ ਹੋਣੇ ਚਾਹੀਦੇ ਆ ਤੇ ਉਹ ਤੁਹਾਡੇ ਕੋਲ ਲੋਨ ਦੀ ਫਾਰਮ ਚ ਹੋਣ ਸੇਵਿੰਗ ਦੀ ਫਾਰਮ ਚ ਹੋਣ ਐਫ ਡੀ ਦੀ ਫਾਰਮ ਚ ਹੋਣ ਪੀ ਐਫ ਹੋਵੇ ਤੁਹਾਡੇ ਪੇਰੈਂਟਸ ਦੇ ਕੋਲ ਜਾਂ ਤੁਸੀਂ ਕੋਈ ਪ੍ਰਾਪਰਟੀ ਜਾਂ ਲਿਕুইਡੇਟ ਕੀਤਾ ਕੋਈ ਐਸੈਟਸ ਸੈਲ ਕੀਤੇ ਆ ਸ਼ੇਅਰ ਕਿਸੇ ਵੀ ਫਾਰਮ ਦੇ ਵਿੱਚ ਹੋਣ ਤਾਂ ਉਹ ਹੋ ਜਾਂਦਾ ਜੀ ਨਾਟ ਨਾਟ ਅ ਡੀਲ ਇਹ ਤਾਂ ਬੜੀ ਚੀਜ਼ ਨਹੀਂ ਆ ਜਿਆਦਾ ਨਹੀਂ ਹੁੰਦੇ ਫਾਈਨੈਂਸਸ ਔਰ ਅਗਰ ਸਪਾਊਸ ਨੇ ਨਾਲ ਜਾਣਾ ਹੈਗਾ ਤੇ ਸਪਾਊਸ ਦੀਆਂ ਕੋਈ ਰਿਕੁਆਇਰਮੈਂਟਸ ਹੋਣੀਆਂ ਚਾਹੀਦੀਆਂ ਸਪਾਊਸ ਪ੍ਰੈਫਰੇਬਲੀ ਸਪਾਊਸ ਕੁਆਲੀਫਾਈਡ ਹੋਣਾ ਚਾਹੀਦਾ ਵੈਸੇ ਤੇ ਲੇਕਿਨ ਮੈਰਿਜ ਤਾਂ ਹੋਣੀ ਚਾਹੀਦੀ ਐਟਲੀਸਟ 6 ਮੰਥ 올ਡ ਤੇ ਸਾਰਾ ਕੁਝ ਜੇਨੂਇਨ ਪੇਪਰਵਰਕ ਹੋਣਾ ਚਾਹੀਦਾ ਤੇ ਅਗਰ ਸਪਾਊਸ ਵੀ ਕੁਆਲੀਫਾਈਡ ਹੈ ਤੇ ਅੱਛੀ ਜੌਬ ਤੇ ਲੱਗਾ ਹੋਇਆ ਫੇਰ ਕੋਈ ਇਸ਼ੂ ਨਹੀਂ ਹੈ ਜੀ ਵੀਜ਼ਾ ਮਿਲਣ ਦੇ ਵਿੱਚ ਜੇ ਐਡਮਿਸ਼ਨ ਮਿਲਣ ਦੇ ਵਿੱਚ ਅੱਜਕਲ ਯੂਨੀਵਰਸਿਟੀਆਂ ਬੜੀਆਂ ਟਫ ਹੋਈਆਂ ਹੋਈਆਂ ਨੇ ਕਿ ਉਹ ਕਈ ਸਪਾਊਸ ਕੇਸਿਸ ਨੂੰ ਐਡਮਿਸ਼ਨ ਹੀ ਨਹੀਂ ਦਿੰਦੇ ਵੀਜ਼ਾ ਤਾਂ ਬਾਅਦ ਦੀ ਗੱਲ ਹੈ ਅੱਛਾ ਅਤੇ ਜਦੋਂ ਤੁਸੀਂ ਡਿਕਲੇਅਰ ਕਰਦੇ ਆ ਕਿ ਸਪਾਊਸ ਕੇਸ ਐਡਮਿਸ਼ਨ ਨਹੀਂ ਦਿੰਦੇ ਮਤਲਬ ਲੇਕਿਨ ਹੋ ਜਾਂਦਾ ਐਡਮਿਸ਼ਨ ਫਿਰ ਤੁਹਾਨੂੰ ਹੋਰ ਆਪਸ਼ਨਸ ਆ ਗਈਆਂ ਹਮਮ ਕਿਹੜੀ ਇੱਕ ਯੂਨੀਵਰਸਿਟੀ ਹੈ ਜੀ ਨਿਊਜ਼ੀਲੈਂਡ ਦੇ ਵਿੱਚ ਅਤੇ ਸਾਰੀ ਆਸਟ੍ਰੇਲੀਆ ਦੇ ਵਿੱਚ 40 ਯੂਨੀਵਰਸਿਟੀਆਂ ਆ ਇੱਕ ਨਹੀਂ ਜਾਂਦੀ ਦੂਸਰੀ ਦੇ ਦੇਗੀ ਤੁਹਾਨੂੰ ਸਮਬਡੀ ਵਿਲ ਗਿਵ ਯੂ ਟੇਕ ਯੂ ਨੋਟ ਇਸ਼ੂ ਤੇ ਆਸਟ੍ਰੇਲੀਆ ਬਾਰੇ ਹੋਰ ਮੈਂ ਤੁਹਾਨੂੰ ਸਵਾਲ ਪੁੱਛਾਂਗੀ ਲੇਕਿਨ ਉਸ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸਦਾ ਜੇ ਅਗਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤੇ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕਾਂਗ ਜੀ ਦੇ ਆਫਿਸ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਉਹਨਾਂ ਦੇ ਸਟਾਫ ਨੂੰ ਮਿਲ ਸਕਦੇ ਹੋ ਇਹਦੇ ਨਾਲ ਹੀ ਅਗਰ ਕੋਈ ਡਾਕੂਮੈਂਟਸ ਭੇਜਣਾ ਚਾਹੁੰਦੇ ਹੋ ਤੇ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਈਮੇਲ ਆਈਡੀ ਤੇ ਭੇਜ ਸਕਦੇ ਹੋ ਅੱਛਾ ਕਾਂਗ ਜੀ ਵਿਦਆਊਟ ਆਇਲਟਸ ਕੋਈ ਆਪਸ਼ਨ ਹੈਗਾ ਆਸਟ੍ਰੇਲੀਆ ਜਾਣ ਦਾ ਹਮ ਆਸਟ੍ਰੇਲੀਆ ਦੇ ਵਿੱਚ ਵਿਦਆਊਟ ਆਇਲਟਸ ਵਾਲਾ ਤਾਂ ਇਸ ਤਰ੍ਹਾਂ ਦਾ ਕੋਈ ਆਪਸ਼ਨ ਨਹੀਂ ਹੈਗਾ ਜੀ ਹਮ ਹਮ ਕਿਉਂਕਿ ਤੁਹਾਨੂੰ ਟੂ ਬੇਸਿਕ ਇੰਗਲਿਸ਼ ਪ੍ਰੋਫੀਸ਼ੈਂਸੀ ਚਾਹੀਦੀ ਆ 5 ਬੈਂਡ ਵੀ ਆਲਮੋਸਟ ਵਿਦਾਊਟ ਆਇਲਟਸ ਵਰਗਾ ਹੀ ਹੈਗਾ ਜੀ ਹੂੰ ਹੂੰ ਕਿਉਂਕਿ 5 ਬੈਂਡ ਬਹੁਤ ਲੋ ਆਇਲਟਸ ਸਕੋਰ ਹੈਗਾ ਅਗਰ ਵੈਸੇ ਵੀ ਤੁਸੀਂ ਅਗਰ ਤੁਹਾਡੀ ਇੰਗਲਿਸ਼ ਨਲ ਹੈ ਜ਼ੀਰੋ ਆ ਬਿਲਕੁਲ ਤੁਸੀਂ ਉੱਥੇ ਆਸਟ੍ਰੇਲੀਆ ਜਾ ਕੇ ਕਰੋਗੇ ਕਿਸ ਤਰ੍ਹਾਂ ਸਰਵਾਈਵ ਕਿੱਦਾਂ ਕਰੋਗੇ ਇੰਗਲਿਸ਼ ਕੰਟਰੀ ਦੇ ਵਿੱਚ ਜੌਬ ਕਿੱਦਾਂ ਲੱਭੋਗੇ ਕੰਮ ਕਿਸ ਤਰ੍ਹਾਂ ਕਰੋਗੇ ਤੇ ਆਇਲਟਸ ਦੀ ਕਾਸਟ ਬਹੁਤ ਘੱਟ ਹੈ ਤਨ ਵਾਈਲਡਸ ਕਰ ਲੈਣਾ ਚਾਹੀਦਾ ਕਿਉਂਕਿ ਇਹਦੀ ਕਾਸਟ ਇੰਡੀਆ ਦੇ ਵਿੱਚ ਤੁਹਾਨੂੰ 10000 ਰੁਪਏ ਦੀ ਕਾਸਟ ਹੈ ਸਿਰਫ ਹਮਮ ਅਗਰ ਤੁਸੀਂ ਆਇਲਟਸ ਨਹੀਂ ਕਰਦੇ ਇਨ ਕੇਸ ਹੋ ਸਕਦਾ ਤੁਹਾਨੂੰ ਕਿਤੇ ਐਡਮਿਸ਼ਨ ਮਿਲ ਜਾਏ ਬਟ ਉਹਦੇ ਜੀ ਤੁਹਾਨੂੰ ਐਲੀ ਕਾਸਟ ਦੀ ਜੋ ਫੀਸ ਹੈ ਉਹ ਬਹੁਤ ਜ਼ਿਆਦਾ ਹੈ ਪਰ ਵੀਕ 400 ਡਾਲਰ ਹੈ ਹਮਮ ਉਹਦੇ ਨਾਲ ਬੈਟਰ ਹੈ ਆਇਲਟਸ ਕਰਨਾ ਬਹੁਤ ਬੈਟਰ ਹੈਗਾ ਆਇਲਟਸ ਕਰਨਾ ਤੁਹਾਡੇ ਕੋਲ ਹੋਰ ਵੀ ਬਹੁਤ ਆਪਸ਼ਨਸ ਖੁੱਲ ਜਾਂਦੀਆਂ ਹਮਮ ਡਿਪੈਂਡਿੰਗ ਜਿਹੜਾ ਆਇਲਟਸ ਸਕੋਰ ਤੁਸੀਂ ਡਿਫਰੈਂਟ ਜੋ ਤੁਹਾਨੂੰ ਬੈਟਰ ਇੰਸਟੀਟਿਊਸ਼ਨਸ ਯੂਨੀਵਰਸਿਟੀ ਕਾਲਜ ਤੁਹਾਨੂੰ ਬੈਟਰ ਮਿਲ ਜਾਂਦੇ ਕੋਰਸ ਆਪਸ਼ਨ ਤੁਹਾਨੂੰ ਬੈਟਰ ਮ मतलब चॉइसेस बहुत ज्यादा हो जानी है विदाउट आइल्स वाली एस सच का कोई इतनाली ऑप्शन नहीं है अच्छा वर्क अपॉर्चुनिटीज का की सिस्टम है वहां पे अगर बच्चा वहां पे पढ़ रहा है वहां पे ਨਾਲ-ਨਾਲ ਕੰਮ ਵੀ ਕਰ ਸਕਦਾ ਕੋ ਚਾਰਜਸ ਮਿਲਦੇ ਨੇ ਉਹਨੂੰ हां जी ਉਹਨੂੰ 40 ਆਰਸ ਫੋਰਟਨਾਈਟਲੀ ਮਿਲਦੇ ਆ ਓਕੇ ਡਿਊਰਿੰਗ ਸਟੱਡੀਜ਼ ਤੇ ਜਦੋਂ ਵੀ ਬ੍ਰੇਕ ਹੁੰਦਾ ਸੈਮੈਸਟਰ ਬ੍ਰੇਕ ਹੁੰਦਾ ਹੀ ਕੈਨ ਵਰਕ ਫੁੱਲ ਟਾਈਮ اچھا ਤੇ ਜਦੋਂ ਉਹਦੀ ਸਟੱਡੀ ਪੂਰੀ ਹੋ ਜਾਂਦੀ ਹੈ ਬੈਚਲਰ ਡਿਗਰੀ ਤੋਂ ਬਾਅਦ 2 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ओके मास्टर्स ਤੋਂ ਬਾਅਦ 3 ਇਅਰਸ ਮਿਲਦਾ ਹੈ ਮਾਸਟਰਸ ਦੇ ਰਿਸਰਚ ਜਾਂ ਪੀ ਐਚ ਡੀ ਤੋਂ ਬਾਅਦ 4 ਇਅਰਸ ਮਿਲਦਾ इवन ਜਿਹੜੇ ਸਟੂਡੈਂਟ ਮਾਸਟਰਸ ਰਿਸਰਚ ਜਾਂ ਪੀ ਐਚ ਡੀ ਚ ਜਾ ਰਹੇ ਹਨ ਉਹਨਾਂ ਨੂੰ ਸ਼ੁਰੂ ਤੋਂ ਹੀ ਫੁੱਲ ਟਾਈਮ ਕੰਮ ਅਲਾਊਡ ਹੁੰਦਾ ਉਹ ਇੱਕ ਤਰ੍ਹਾਂ ਦਾ ਤੁਸੀਂ ਕਹੋ ਵਰਕ ਵੀਜ਼ਾ ਹੈ ਜਾਂ ਸਟੱਡੀ ਵੀਜ਼ਾ ਕਹਿੰਦਾ ਯੂ ਕੈਨ ਵਰਕ ਫੁੱਲ ਟਾਈਮ ਕਿਉਂਕਿ ਤੁਹਾਨੂੰ ਕਦੇ-ਕਦੇ ਹਫ਼ਤੇ 10 ਦਿਨ ਚ ਇੱਕ ਵਾਰ ਆਪਣੇ ਟਿਊਟਰ ਨੂੰ ਮਿਲਣਾ ਹੁੰਦਾ ਆਪਣੇ ਥੀਸਿਸ ਲਈ ਐਸੇ ਅਦਰਵਾਈਜ਼ ਤੁਹਾਨੂੰ ਯੂਨੀਵਰਸਿਟੀ ਵੀ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਅੱਛਾ ਪੀ ਆਰ ਮਿਲ ਜਾਂਦੀ ਹੈ ਬੱਚੇ ਨੂੰ ਅਗਰ ਪੀ ਆਰ ਮਿਲਦੀ ਹੈ ਤੁਸੀਂ ਲੋਕ ਹੈਲਪ ਕਰਦੇ ਹੋ ਕੀ ਪਰਮਨੈਂਟ ਰੈਜ਼ੀਡੈਂਸੀਲੀ ਬੇਸਿਕਲੀ ਜੋ ਪੋਸਟ ਸਟਡੀ ਵਰਕ ਹੈਗਾ ਤੁਹਾਨੂੰ 2 ਸਾਲ ਦਾ 2 ਸਾਲ ਦਾ ਟਾਈਮ ਮਿਲਿਆ ਜਾਂ 4 ਸਾਲ ਦਾ ਨਹੀਂ ਮਿਲਿਆ ਉਹ ਤੁਹਾਨੂੰ ਜੌਬ ਫਾਈਂਡ ਕਰਨ ਲਈ ਮਿਲਿਆ ਹਮਮ ਅਗਰ ਤੁਹਾਡੇ ਕੋਈ ਫੁੱਲ ਟਾਈਮ ਜੌਬ ਆਫਰ ਹੈ ਤੇ ਤੁਹਾਡਾ EMPLOYEER ਸਪான்ਸਰ ਕਰਦਾ ਤੁਹਾਨੂੰ PR ਮਿਲਣ ਚ ਕੋਈ ਦਿੱਕਤ ਨਹੀਂ ਆ ਅੱਛਾ ਪਹਿਲਾਂ ਕੁਝ ਮਿਸਕਨਸੈਪਸ਼ਨ ਸੀਗੀਆਂ ਕਿ ਆਸਟ੍ਰੇਲੀਆ ਚ ਤੁਹਾਨੂੰ 7 ਬੈਂਡ ਚ ਜਿਹਦੀ ਅਪੀਅਰ ਲੈਣ ਲਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਔਰ ਤੁਹਾਡੇ ਕੋਰਸ ਤੇ ਲਿਕੇ ਡਿਪੈਂਡ ਕਰਦਾ ਜੇ ਤੁਸੀਂ ਕਾਉਂਟਿੰਗ ਕਰਦੇ ਆ ਤਾਂ 7 ਚਾਹੀਦੀ ਹੈ ਤੁਹਾਨੂੰ ਟੀਚਿੰਗ ਕਰਦੇ ਆ ਜਾਂ ਨਰਸਿੰਗ ਚ ਕਰਦੇ ਆ ਤਾਂ 7 ਚਾਹੀਦੀ ਹੈ ਤੁਹਾਨੂੰ ਕੱਲ ਨੂੰ ਪੀਆਰ ਲਈ ਅਦਰਵਾਈਜ਼ ਤੁਸੀਂ ਹਸਪੀਟਲਿਟੀ ਟੂਰਿਜ਼ਮ ਆਈਟੀ ਇੰਜੀਨੀਅਰਿੰਗ ਅਦਰ ਕੋਈ ਵੀ ਕੋਰਸਸ ਕਰਦੇ ਆ ਤਾਂ ਤੁਹਾਨੂੰ ਬੇਸਿਕਲੀ ਆਇਲਸ ਥ੍ਰੈਸ਼ਹੋਲਡ ਰਿਕੁਆਇਰਮੈਂਟ 6 ਹੀ ਚ ਹੈ 6 ਹੀ ਚ ਕਰਕੇ ਤੁਸੀਂ ਸਿੱਧਾ ਪੀਆਰ ਅਪਲਾਈ ਕਰ ਸਕਦੇ ਆ ਅੱਛਾ ਕਾਂਜੀ ਇਹ ਤਾਂ ਗੱਲ ਹੈ ਆਸਟ੍ਰੇਲੀਆ ਦੀ ਕੁਝ ਰਹਤੇ ਨਹੀਂ ਗਿਆ ਆਸਟ੍ਰੇਲੀਆ ਨੂੰ ਲੈ ਕੇ ਸਭ ਕੁਝ ਕਵਰ ਹੋ ਗਏ ਤੇ ਹੁਣ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਕੈਨੇਡਾ ਵਿੱਚ ਬੱਚੇ ਜਦੋਂ ਤੁਹਾਡੇ ਕੋਲ ਆਉਂਦੇ ਨੇ ਉਹ ਜ਼ਿਆਦਾਤਰ ਇੰਟਰਸਟ ਕਿਹੜੀ ਫੀਲਡ ਵਿੱਚ ਜਾਣ ਦਾ ਕਰਦੇ ਨੇ ਕਿਹੜਾ ਦਿਖਾਉਂਦੇ ਕੀ ਨੇ ਅਸੀਂ ਕਿੱਥੇ ਕੀ ਕਰਨਾ ਚਾਹੁੰਦੇ ਆ ਮਤਲਬ ਐਮਬੀਏਜ਼ ਬੈਚਲਰਜ਼ ਜ਼ਿਆਦਾਤਰ ਰੇਸ਼ੋ ਕਿਸ ਫੀਲਡ ਦੀ ਹੁੰਦੀ ਹੈ ਜ਼ਿਆਦਾਤਰ ਸਟੂਡੈਂਟ 10+2 ਤੋਂ ਬਾਅਦ ਹੀ ਆਉਂਦੇ ਆ ਸਾਡੇ ਕੋਲ ਉਹ ਡਿਪਲੋਮਾ ਕਰਨਾ ਚਾਹੁੰਦੇ ਹੁੰਦੇ ਆ ਹਮ ਹਮ ਸ਼ਾਰਟੇਸਟ ਪੋਸੀਬਲ ਡਿਪਲੋਮਾ ਸੋ ਦੈਟ ਉੱਥੇ ਜਾ ਕੇ ਉਹਨਾਂ ਦੀ ਕਾਸਟ ਘੱਟ ਹੋਵੇ ਤੇ ਉਹਨਾਂ ਨੂੰ ਅੱਗੇ ਵਰਕ ਮਿਲ ਜੇ ਰੈਜ਼ੀਡੈਂਸ ਮਿਲ ਜੇ ਤਾਂ ਸ਼ਾਰਟੇਸਟ ਪੋਸੀਬਲ 2 ਇਅਰਸ ਹੈਗਾ 2 ਸਾਲ ਦਾ ਤੁਹਾਨੂੰ ਮਿਨੀਮਮ ਟੈਕਨੋਲੋਜੀ ਦਾ ਡਿਪਲੋਮਾ ਕਰਨਾ ਪਏਗਾ ਕੈਨੇਡਾ ਦੇ ਵਿੱਚ ਟੂ ਕੁਆਲੀਫਾਈ ਫਾਰ ਪੋਸਟ ਸਟੱਡੀ ਵਰਕ ਵੀਜ਼ਾ ਅਗਰ ਅੰਡਰ ਗ੍ਰੈਜੂਏਟ ਹੈ ਜਿਹੜੇ ਗ੍ਰੈਜੂਏਟਸ ਹੈ ਉਹ 1 ਇਅਰ ਦਾ ਪੀਜੀ ਡਿਪਲੋਮਾ ਜਾਂ ਗ੍ਰੈਜੂਏਟ ਸਰਟੀਫਿਕੇਟ ਲੈ ਸਕਦੇ ਉਸ ਤੋਂ ਬਾਅਦ ਉਹ ਕੁਆਲੀਫਾਈ ਕਰ ਜਾਂਦੇ ਆ ਪੋਸਟ ਸਟੱਡੀ ਵਰਕ ਲਈ ਅੱਛਾ ਨਰਸਿੰਗ ਤੇ ਓਪਰਚ्युनिटीज ਹੈਗੀਆਂ ਉੱਥੇ ਕੈਨੇਡਾ ਵਿੱਚ ਕੈਨੇਡਾ ਦੇ ਵਿੱਚ ਨਰਸਿੰਗ ਦੀਆਂ ਕਾਫੀ ਅੱਛੀਆਂ ਓਪਰਚ्युनिटीਜ਼ ਆ ਨਰਸਿੰਗ ਕਰਨਾ ਚਾਹਦੇ ਤੁਸੀਂ ਬੈਚਲਰ ਆਫ ਨਰਸਿੰਗ ਕੋਰਸ ਕਰਨਾ ਚਾਹੁੰਦੇ ਆ ਹਮ ਹਮ ਜਾਂ ਤੁਸੀਂ ਕਰ ਸਕਦੇ ਹੋ ਹਮ ਹਮ ਕੋਈ ਇਸ਼ੂ ਨਹੀਂ ਐਥੇ ਬੈ 10+2 ਸਾਇੰਸ ਚ ਚਾਹੀਦੀ ਹੈ ਲੇਕਿਨ ਮੈਥਮੈਟਿਕਸ ਕੰਪਲਸਰੀ ਆ ਹਮ ਹਮ ਮੈਥਸ ਜ਼ਰੂਰ ਕੀਤਾ ਹੋਣਾ ਚਾਹੀਦਾ ਬਾਇਓਲੋਜੀ ਵੀ ਮੈਥ ਵੀ ਦੋਨੋਂ ਹਮ ਹਮ ਫਿਰ ਤੁਸੀਂ ਨਰਸਿੰਗ ਲਈ ਅਪਲਾਈ ਕਰ ਸਕਦੇ ਹੋ ਜੀ ਹਮ ਹਮ ਤੇ ਇੱਥੇ ਆਇਲਟਸ ਦੀ ਰਿਕੁਆਇਰਮੈਂਟ ਹੈਗੀ ਐ ਕੈਨੇਡਾ ਪਾਲਸ ਨਰਸਿੰਗ ਲਈ 6.5 ਚਾਹੀਦਾ ਬਾਕੀ ਪ੍ਰੋਗਰਾਮਸ ਲਈ ਓਵਰਆਲ 6 ਹੁੰਦਾ ਨੋ ਲੈਸ ਹਮਮ ਅਗਰ ਤੁਸੀਂ ਐਸਪੀਪੀ ਦੇ ਵਿੱਚ ਕਰਨਾ ਅਗਰ ਤੁਸੀਂ ਐਸਪੀਪੀ ਤੋਂ ਬਾਹਰ ਕਰਨਾ ਜੋ ਕਿ ਹੁਣ ਸਟਾਰਟ ਹੋ ਜੇਗਾ ਜੂਨ ਦੇ ਵਿੱਚ ਇਹ ਥੋੜਾ ਈਜ਼ੀ ਵੀ ਹੋ ਜਾਏਗਾ ਤਾਂ ਤੁਸੀਂ 6th ਬੈਂਡ ਓਵਰঅল ਵੀ ਅਗਰ ਤੁਹਾਡੇ ਹੈਗੇ ਤਾਂ ਤੁਸੀਂ ਉਹਦੇ ਨਾਲ ਕੁਆਲੀਫਾਈ ਕਰ ਸਕਦੇ ਹੋ ਆ ਬਾਇਲਟਸ ਕੰਪਲਸਰੀ ਹੈਗੇ ਅਗਰ ਬੱਚੇ ਨੇ ਕੈਨੇਡਾ ਜੀ ਹਾਂ ਜੀ ਹੈ ਕੰਪਲਸਰੀ ਬਟ ਥੋੜਾ ਫਲੈਕਸੀਬਲ ਹੋ ਜਾਏਗਾ ਹਲੇ ਨਹੀਂ ਹੈ ਫਲੈਕਸੀਬਲ ਹਮਮ ਹਲੇ ਥੋੜਾ ਰਿਜਿਡ ਹੈ ਟਫ ਹੈ ਕੰਡੀਸ਼ਨਸ ਕਿ ਪੀਜੀ ਲੈਸ 65 ਨੋ ਲੈਸ ਦਨ 6 ਅੰਡਰ ਗ੍ਰੈਜੂਏਟਲੀ mm -hmm. mm -hmm. 6 ਨੋ ਲੈਸ ਦਨ 5.5 ਲੇਕਿਨ ਇਹ ਹੋ ਜਾਏਗਾ ਰਿਲੈਕਸ ਜਲਦੀ ਹੋਰ ਕੀ ਰਿਕੁਆਇਰਮੈਂਟਸ ਨੇ ਹਾਈਲਾਈਟਸ ਤੋਂ ਇਲਾਵਾ ਹਾਈਲਾਈਟਸ ਤੋਂ ਇਲਾਵਾ ਤੁਹਾਡਾ ਕੋਰਸ ਰੈਲੇਵੈਂਟ ਹੋਣਾ ਚਾਹੀਦਾ ਤੁਹਾਡੀ ਪ੍ਰੀਵੀਅਸ ਸਟੱਡੀ ਨਾਲ ਮੈਚ ਕਰਦਾ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਸਟੂਡੈਂਟ ਆਰਟਸ ਵਾਲਾ ਹੈਗਾ ਉਹ ਹਸਪਿਟੈਲਿਟੀ ਜਾਂ ਟੂਰਿਜ਼ਮ ਦੇ ਵਿੱਚ ਸਿਰਫ ਜਾ ਸਕਦਾ ਉਹਨੂੰ ਕਾਊਂਟਿੰਗ ਬਿਜ਼ਨਸ ਵੀ ਨਹੀਂ ਜਾ ਸਕਦਾ ਅਕਾਊਂਟਿੰਗ ਬਿਜ਼ਨਸ ਕਰਨਾ ਤਾਂ ਮੈਥਮੈਟਿਕਸ ਚਾਹੀਦਾ ਤੁਹਾਡੇ ਕੋਲ ਤੇ ਅਗਰ ਤੁਸੀਂ ਕਰਨੀ ਹੈਗੀ ਆ ਇੰਜੀਨੀਅਰਿੰਗ ਦੇ ਡਿਪਲੋਮਸ ਕਰਨੇ ਆ 10+2 ਨਾਨ ਮੈਡੀਕਲ ਵਿਦ ਮੈਥ ਮੈਡੀਕਲ ਵਾਲਿਆਂ ਲਈ ਵੀ ਕੁਝ ਆਪਸ਼ਨਸ ਹੈਗੇ ਬਟ ਕਾਫੀ ਘੱਟ ਆ ਨਾਟ ਮਨੀ ਬਟ ਆਪਸ਼ਨਸ ਹੈਗੇ ਮਤਲਬੀ ਤੇ ਫੰਡਸ ਵੀ ਦਿਖਾਣੇ ਪੈਂਦੇ ਹੁੰਗੇ ਫਿਲਹਾਲ ਤਾਂ ਨਹੀਂ ਫੰਡਸ ਦਿਖਾਣੇ ਪੈਂਦੇ ਜੀ ਇੱਕ ਜੀਆਈਸੀ ਅਕਾਊਂਟ ਖੁੱਲ ਜਾਂਦਾ ਤੁਹਾਡਾ ਨੋਬਸਕੋਚੀਆ ਬੈਂਕ ਦੇ ਵਿੱਚ ਉਹਦੇ ਵਿੱਚ ਤੁਸੀਂ ਡਿਪੋਜ਼ਿਟ ਕਰਾ ਦਿਓ 10000 ਡਾਲਰ ਜੋ ਤੁਹਾਨੂੰ 22000 ਡਾਲਰ ਦੀ ਇਨਸਟਾਲਮੈਂਟਸ ਵਾਪਸ ਮਿਲ ਜਣੀਆਂ ਬਟ ਅਗਰ ਤੁਸੀਂ ਉਹ ਨਹੀਂ ਆਪਸ਼ਨ ਲੈਣਾ ਚਾਹੁੰਦੇ 10000 ڈالر کافی ਹੋ ਜਾਂਦੀ ਪਾਉਂਡ ਤੁਹਾਡੇ ਡਬਲ ਪੈਸੀ ਲੱਗ ਜਾਂਦੇ ਤੁਸੀਂ ਉਹ ਨਹੀਂ ਲੈਣਾ ਚਾਹੁੰਦੇ ਤੁਸੀਂ 7-8 ਲੱਖ ਦਾ ਐਜੂਕੇਸ਼ਨ ਲੋਨ ਦਿਖਾ ਦਿਓ ਅੱਛਾ ਕਾਂਜੀ ਬੱਚਾ ਉੱਥੇ ਜਾ ਕੇ ਕੰਮ ਵੀ ਕਰ ਸਕਦਾ ਹਾਂਜੀ ਹੁਣ ਇੱਕ ਗੁੱਡ ਨਿਊਜ਼ ਹੈ ਰੀਸੈਂਟੇ ਅਨਾਉਂਸ ਹੋਇਆ ਕਿ ਫਸਟ ਡੇ ਤੋਂ ਬੱਚਾ ਆਫ ਕੈਂਪਸ ਕੰਮ ਕਰ ਸਕਦਾ ਪਹਿਲਾਂ 6 ਮਹੀਨੇ ਵੇਟ ਕਰਨੀ ਪੈਂਦੀ ਸੀ ਹਮ ਹਮ ਬੱਚਾ ਪਾਰਟ ਟਾਈਮ ਕੰਮ ਕਰ ਸਕਦਾ ਅੱਛਾ ਐਕਸਪੀਰੀਅੰਸ ਗੇਨ ਕਰ ਸਕਦਾ ਅਰਨਿੰਗ ਵੀ ਕਰ ਸਕਦਾ ਅੱਛੀ ਆਪਣੀ ਫੀਸੇਜ਼ ਅੱਗੇ ਪੇ ਕਰ ਸਕਦਾ ਖੁਦ ਅਰਨ ਕਰਕੇ ਹਮ ਹਮ ਤੇ ਕਾਫੀ ਅੱਛੀ ਆਪਰਚੂਨਿਟੀਜ਼ ਹੈ ਕੈਨੇਡਾ ਦੇ ਵਿੱਚ ਹਮ ਹ ਕੈਨੇਡਾ ਦੇ ਵਿੱਚ ਪੀਆਰ ਲਈ ਅਗੇਨ ਤੁਹਾਨੂੰ ਜੌਬ ਚਾਹੀਦਾ ਜੌਬ ਸਰਚ ਵੀਜ਼ਾ ਦਿੰਦੇ ਨੇ ਉਹ ਅਗਰ ਤੁਹਾਡਾ 3 ਇਅਰਸ 2 ਇਅਰ ਸਟੱਡੀ ਹੈ 3 ਇਅਰਸ ਦਿੰਦੇ ਆ ਅਗਰ ਤੁਹਾਡੀ ਸਟੱਡੀ ਘਟਿਆ ਤਾਂ ਜਿੰਨੀ ਸਟੱਡੀ ਦੀ ਲੈਂਥ ਸੀ ਉਹਨਾਂ ਤੁਹਾਨੂੰ ਪੋਸਟ ਸਟੱਡੀ ਵਰਕ ਮਿਲਦਾ ਉਹਦੇ ਅੰਦਰ ਅੰਦਰ ਅਗਰ ਤੁਸੀਂ ਜੌਬ ਫਾਈਂਡ ਕਰ ਲੈਂਦੇ ਆ ਹਮ ਹਮ ਤਾਂ ਤੁਸੀਂ ਰੈਜ਼ੀਡੈਂਸ ਅਪਲਾਈ ਕਰ ਸਕਦੇ ਹੋ ਬਾਕੀ ਹਰ ਇੱਕ ਸਟੇਟ ਦੀ ਉਹ ਇੱਥੇ ਕੋਈ ਅਲੱਗ ਪਾਲਿਸੀ ਆ ਹਮ ਹਮ ਅਗਰ ਤੁਸੀਂ ਮੈਨੀਟੋਬਾ ਸਟੇਟ 'ਚ ਜਾਂਦੇ ਆ ਉੱਥੇ ਬਹੁਤ ਈਜ਼ੀ ਆ ਡਾਇਰੈਕਟ ਪਾਥ ਵੀ ਹੈਗਾ ਰੈਜ਼ੀਡੈਂਸ ਲਈ ਅਗਰ ਤੁਸੀਂ ਇੱਥੇ ਸਟੱਡੀ ਕੀਤਾ ਤੁ ਅਗਰ 온ਟਾਰੀਓ ਸਟੇਟ ਦੇ ਵਿੱਚ ਤੁਸੀਂ ਮਾਸਟਰਸ ਕੀਤੀ ਜਾਂ ਤਾਂ ਉਹਨਾਂ ਲਈ 1000 ਸਟੂਡੈਂਟਸ ਦਾ ਕੋਟਾ ਹੁੰਦਾ ਹੈ 1000 ਉਹ ਆਟੋਮੈਟਿਕ ਪੀਆਰ ਮਿਲ ਜਾਂਦੀ ਹੈ ਉਹਦੇ ਚ ਅਪਲਾਈ ਕਰਨਾ ਪਏਗਾ ਤੁਹਾਨੂੰ ਲੇਕਿਨ ਮਿਲ ਜਾਂਦੀ ਹੈ ਹਰ ਇੱਕ ਸਟੇਟ ਵਾਈਜ਼ ਇਹਨਾਂ ਦੀ ਪਾਲਿਸੀ ਹੈ ਤੁਹਾਡੀ ਅਲੱਗ-ਅਲੱਗ ਜਨਰਲੀ ਤੁਹਾਨੂੰ ਵਰਕ ਓਪਰਚ्युनिटी ਮਿਲ ਜਾਏਗੀ ਜੋਬ ਫਾਇੰਡ ਕਰ ਲੋ ਰੈਲੇਵੈਂਟ ਜੋਬ ਆਫਰ ਸਪੌਂਸਰਸ਼ਿਪ ਬੇਸ ਤੁਹਾਨੂੰ ਰੈਜ਼ੀਡੈਂਸ ਮਿਲ ਜਾਏਗੀ ਕੈਨੇਡਾ ਦੀ ਤੇ ਹੁਣ ਹੀ ਕੈਨੇਡਾ ਵੀਜ਼ਾ ਦੇ ਰਿਹਾ ਹਾਂਜੀ ਕਾਫੀ ਇਜ਼ੀ ਆ ਜੀ ਕੋਈ ਦਿੱਕਤ ਨਹੀਂ ਹੈ ਕਿ ਕੈਨੇਡਾ ਵੀਜ਼ਾ ਦੇ ਰਿਹਾ ਕੁਝ ਰੂਲਸ ਬਦਲੇ ਐਮ ਰੂਲ ਆਨ ਫਲੈਕਸੀਬਲ ਹੋ ਰਹਿਣਗੇ ਜੀ 익ਸਪੈਕਟਿਡ ਹੈ ਹੁਣ ਵੀ ਫਲੈਕਸੀਬਲ ਹੀ ਆ ਕੋਈ ਇੰਨੀ ਦਿੱਕਤ ਨਹੀਂ ਆਉਂਦੀ ਅਗਰ ਤੁਹਾਡਾ ਪੇਪਰ ਵਰਕ ਸਾਰਾ ਸਹੀ ਆ ਤਾਂ ਵੀਜ਼ਾ ਤਾਂ ਮਿਲ ਹੀ ਜਾਂਦਾ ਹਮਮ ਤੇ ਕੈਨੇਡਾ ਦੇ ਵੀਜ਼ਾ ਵਿੱਚ ਕਿੰਨਾ ਕੁ ਟਾਈਮ ਲੱਗਦਾ ਕੈਨੇਡਾ ਦੇ ਵੀਜ਼ਾ ਦੇ ਵਿੱਚ ਵੀ ਅਗੇਨ 15 ਡੇਸ ਲੱਗਦੇ ਆ ਜਦੋਂ ਓਪਨ ਹੁੰਦਾ ਲੇਕਿਨ ਕੈਨੇਡਾ ਜੋ ਐਮਬੈਸੀ ਆ ਉਹ ਓਪਨ ਕਰਦੀ ਆ ਕਿ ਸਟੂਡੈਂਟ ਵੀਜ਼ਾ ਦੀਆਂ ਫਾਈਲਸ ਇਸ ਡੇਟ ਤੋਂ ਇਸ ਡੇਟ ਤੱਕ ਲਵਾਂਗੇ ਅੱਛਾ ਉਹਦੇ ਵਿੱਚ ਵਿੱਚ ਅਗਰ ਤੁਸੀਂ ਲਗਾਣੇ ਆ ਤਾਂ ਤੁਹਾਡਾ ਵੀਜ਼ਾ ਜਾਂਦਾ ਉਸ ਡੇਟ ਤੋਂ ਪਹਿਲਾਂ ਫਾਈਲ ਨਹੀਂ ਜਾ ਸਕਦੀ ਉਸ ਤੋਂ ਬਾਅਦ ਨਹੀਂ ਜਾ ਸਕਦੀ ਹਮਮ ਉਹਦੇ ਵਿੱਚ ਵਿੱਚ ਤੇ ਹੋਪਫੁਲੀ ਪੋਜ਼ਿਟਿਵ ਹੀ ਆਂਦਾ ਵੀਜ਼ਾ ਹੋ ਜਾਂਦਾ ਸਾਡਾ ਤੇ ਕੈਨੇਡਾ ਲਈ ਇੰਟਰਵਿਊ ਦੀ ਲੋੜ ਤੇ ਨਹੀਂ ਹੁੰਦੀ ਕੈਨੇਡਾ ਲਈ ਇੰਟਰਵਿਊ ਤਾਂ ਕਦੇ ਨਹੀਂ ਆਇਆ ਸਟੂਡੈਂਟਸ ਦਾ ਸਾਡਾ ਤਾਂ ਕੋਈ ਇਦਾਂ ਦਾ ਐਕਸਪੀਰੀਅੰਸ ਨਹੀਂ ਹੈ ਕੋਈ ਇੰਟਰਵਿਊ ਆਂਦਾ ਹ ਹ ਤੇ ਤੁਸੀਂ ਲੋਗ ਕਿੰਨਾ ਕੋ ਫੋਲੋਅ ਅਪ ਰੱਖਦੇ ਹੋ ਬੱਚਿਆਂ ਦੇ ਨਾਲ ਜਦੋਂ ਬੱਚੇ ਬਾਹਰ ਦੀ ਕੰਟਰੀ ਵਿੱਚ ਚਲੇ ਜਾਂਦੇ ਨੇ ਸਾਡਾ ਉਹਨਾਂ ਦੇ ਪੇਰੈਂਟਸ ਦੇ ਨਾਲ ਤਾਂ ਹੁੰਦਾ ਹੀ ਹੈ ਜੀ ਕਮਿਊਨੀਕੇਸ਼ਨ ਇਸ ਤੋਂ ਇਲਾਵਾ ਸਟੂਡੈਂਟਸ ਦੇ ਵੀ ਸਾਨੂੰ ਫੋਨਸ ਆਉਂਦੇ ਆ ਤੇ ਉਹ ਦੱਸਦੇ ਰਹਿੰਦੇ ਆ ਉੱਥੇ ਕੀ ਚੱਲ ਰਿਹਾ ਕੀ ਉਹਨਾਂ ਦਾ ਐਕਸਪੀਰੀਅੰਸ ਹੈਗਾ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਵੀ ਡੂ ਹੈਲਪ ਕਿੰਦਾਂ ਦੀਆਂ ਦਿੱਕਤਾਂ ਆਉਂਦੀਆਂ ਬੱਚਿਆਂ ਨੂੰ ਉੱਥੇ ਜਾ ਕੇ ਹਮ ਇਸ ਤਰ੍ਹਾਂ ਦਿੱਕਤ ਵਾਲਾ ਤਾਂ ਕੁਝ ਆਇਆ ਨਹੀਂ ਜੀ ਜ਼ਿਆਦਾਤਰ ਮਤਲਬ ਵੈਸੀ ਫੀਡਬੈਕ ਆ ਜਾਂਦਾ ਕਿ ਮੈਨੂੰ ਹੱਲੇ ਕੰਮ ਨਹੀਂ ਮਿਲ ਰਿਹਾ ਜਾਂ ਕੁਝ ਪਾਰਟ ਟਾਈਮ ਕੰਮ ਦੇ ਵਿੱਚ ਕੋਈ ਹੈਲਪ ਕਰ ਦਿਓ ਤਾਂ ਅਸੀਂ ਕੁਝ ਰੈਫਰੈਂਸਿਸ ਦੇ ਦਿੰਨੇ ਅੱਛਾ ਹੋਈ ਛੁ ਨਹੀਂ ਕਿਸੇ ਨੂੰ ਕੰਮਪਲਿਟੇਸ਼ਨ ਦੇ ਵਿੱਚ ਸ਼ੁਰੂ ਚ ਚਾਹੀਦੀ ਆ ਰੈਫਰੈਂਸ ਬੇਸਡ ਹੀ ਹੈਗਾ ਸਾਰਾ ਰੈਫਰੈਂਸਿਸ ਦੇ ਦਿੰਨੇ ਕੁਝ ਹੋਰ ਨਵਾਂ ਇੰਟਰੋਡਿਊਸ ਹੋਇਆ ਕੈਨੇਡਾ ਵਿੱਚ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਕੈਨੇਡਾ ਜੁਏ ਟਿਕਟ ਵਰਕ ਵਾਲਾ ਹੋਇਆ ਜੀ ਇੱਕ ਐਸਪੀਪੀ ਤੋਂ ਬਾਹਰ ਵੀ ਵੀਜ਼ਾਸ ਹੁਣ ਮਿਲ ਜਾਣਗੇ ਪਹਿਲਾਂ ਸਿਰਫ ਆਪਾਂ ਨੂੰ ਐਸਪੀਪੀ ਤੇ ਫੋਕਸ ਕਰਨਾ ਬੰਦਾ ਸੀ ਜਾਂ ਯੂਨੀਵਰਸਿਟੀਆਂ ਲਈ ਅਪਲਾਈ ਕਰਨਾ ਬੰਦਾ ਸੀ ਉਸ ਤੋਂ ਇਲਾਵਾ ਅਗਰ ਅਸੀਂ ਕੈਰੀਅਰ ਕਾਲਜੇਸ ਵਿੱਚ ਘੱਟ ਫੀਸ ਵਾਲਿਆਂ ਵਿੱਚ ਜਾ ਕੇ ਪੜ੍ਹਨਾ ਚਾਹਦੇ ਹੋ ਉਹ ਵੀ ਹੁਣ ਪੋਸੀਬਲ ਹੈ ਤੁਸੀਂ ਆਸ ਕਸਟਮਰ ਆ ਸਕਦੇ ਆ ਸਾਡੇ ਕੋਲ ਰਜਿਸਟਰ ਕਰ ਸਕਦੇ ਅਸੀਂ ਉਹਨਾਂ ਨੂੰ ਜੂਨ ਜੁਲਾਈ ਇਨਟੇਕ ਲਈ इवन ਪਹਿਲਾਂ ਹੁਣ ਸੈਪਟੈਂਬਰ ਇਨਟੇਕ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਆ ਅਮ ਕੈਰੀਅਰ ਕਾਲਜ ਦੇ ਵਿੱਚ ਜੂਨ ਜੁਲਾਈ ਇਨਟੇਕ ਵੀ ਹੈਗਾ ਜੂਨ ਜੁਲਾਈ ਇਨਟੇਕ ਲਈ ਸਾਡੇ ਕੋਲ ਹੁਣ ਆ ਰਹਿਣਾ ਸੀ ਪ੍ਰੋਸੈਸ ਕਰ ਸਕਦੇ ਹਾਂ ਕਿਸੇ ਅਚਾ ਜੇ ਤਾਂ ਬੱਚਾ ਚਲਾ ਜਾਂਦਾ ਹੈ ਬਾਹਰ ਦੀ ਕੰਟਰੀ ਵਿੱਚ ਪੜਨ ਲਈ ਉਦੋਂ ਕਿੰਨੀ ਦੇਰ ਤੱਕ ਉਹਨੂੰ ਉੱਥੇ ਰਹਿਣਾ ਪੈਂਦਾ ਹੈ ਕੁਝ ਟਾਈਮ ਡਿਊਰੇਸ਼ਨ ਹੁੰਦੀ ਹੈ ਕਿ ਉਹਨੇ ਉੱਥੇ ਰਹਿਣਾ ਪੈਗਾ ਉਸ ਤੋਂ ਬਾਅਦ ਉਹ ਇੰਡੀਆ ਆ ਕੇ ਵਿਜ਼ਿਟ ਕਰ ਸਕਦਾ ਆਪਣੀ ਫੈਮਿਲੀ ਨੂੰ ਇਹ ਹੀ ਕੰਮ ਹੈ ਨਹੀਂ ਟਾਈਮ ਹਾਂਜੀ ਇਸ ਤਰ੍ਹਾਂ ਦਾ ਕੋਈ ਰੂਲ ਨਹੀਂ ਹੈਗਾ ਓਕੇ ਵੀਜ਼ਾ ਮਲਟੀਪਲ ਹੈ ਤੁਸੀਂ ਕਦੇ ਵੀ ਆ ਸਕਦੇ ਆ ਕਦੇ ਵੀ ਜਾ ਸਕਦੇ ਆ ਲੇਕਿਨ ਤੁਸੀਂ ਕਲਾਸਿਸ ਛੱਡ ਕੇ ਨਹੀਂ ਨਾ ਆ ਸਕਦੇ ਹਮਮਮ ਅਗਰ ਤੁਹਾਡੀ ਹੌਲੀਡੇ ਆ ਜਾਂ ਤੁਸੀਂ ਬ੍ਰੇਕ ਲਈ ਆ ਹਮਮਮ ਬ੍ਰੇਕ ਆ ਤੁਹਾਡੀ ਚੱਲ ਰਹੀ ਤੁਸੀਂ ਆ ਜਾਓ ਚਲੇ ਜਾਓ ਕੋਈ ਆਈਸ਼ੂ ਕਿਉਂਕਿ ਵੀਜ਼ਾ ਮਲਟੀਪਲ ਹੈ ਤੁਹਾਡਾ ਕਿਉਂਕਿ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਜਿਹੜੇ ਬੱਚੇ ਉੱਥੇ ਪੜਨ ਜਾਂਦੇ ਨੇ ਉਹ ਕਦੀ ਵੀ ਨਹੀਂ ਆ ਜਾਂਦੇ ਉਹਨਾਂ ਨੂੰ ਇਸ਼ੂਜ਼ ਬਹੁਤ ਹੁੰਦੇ ਨੇ ਕਿ ਮੇਰੀ ਜੌਬ ਮਿਸ ਹੋ ਜਾਏਗੀ ਜਾਂ ਫਿਰ ਮੇਰੀਆਂ ਕਲਾਸਿਸ ਮਿਸ ਹੋ ਜਾਣੀ ਹੈ ਮਤਲਬ ਉਹ ਆਪਣੇ ਆਪਣੀ ਲਾਈਫ ਨੂੰ ਲੈ ਕੇ ਆਪਣੇ ਕੈਰੀਅਰ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਸੀਰੀਅਸ ਤੇ ਡੈਡੀਕੇਟਿਡ ਨਜ਼ਰ ਆਉਂਦੇ ਨੇ ਐਸ ਕੰਪੇਰੇਟਿਵਲੀ ਟੂ ਪੀਪਲ ਹੇਅਰ ਐ ਤੁਹਾਨੂੰ ਕੀ ਲੱਗਦਾ ਹੈ ਕੀ ਕਾਰਨ ਹੈ ਉੱਥੇ ਜ਼ਿਆਦਾ ਸਟ੍ਰਿਕਟਨੈਸ ਹੈ ਨ ਵਰਕ ਕਲਚਰ ਬਹੁਤ ਡਿਫਰੈਂਟ ਹੈ ਜੀ ਡਿਵੈਲਪਡ ਕੰਟਰੀ ਦਾ ਨਾ ਕਿਉਂਕਿ ਹਾਈਲੀ ਮੈਕਨਾਈਜ਼ਡ ਤੇ ਉੱਥੇ ਜਿਹੜਾ ਗ੍ਰੋਥ ਹੈ ਡਿਵੈਲਪਮੈਂਟ ਜੋ ਕੈਪੀਟਲਿਜ਼ਮ ਇੱਕ ਬਹੁਤ ਐਡਵਾਂਸ ਸਟੇਜ ਤੇ ਉੱਥੇ ਇੰਡੀਆ ਹਲੇ ਬਹੁਤ ਮੈਨ ਡਿਵੈਲਪ ਹੋ ਰਿਹਾ ਹਲੇ ਅਸੀਂ ਤਾਂ ਇੰਡੀਆ ਤਾਂ ਫਿਊਡਲਿਜ਼ਮ ਚੋਂ ਨਿਕਲਿਆ ਇੰਡੀਆ ਚ ਤਾਂ ਹਲੇ ਵੀ ਮੇਰੇ ਖਿਆਲ ਨਾਲ ਲੋਕ 60% ਲੋਕ ਪਿੰਡਾਂ ਚ ਰਹਿੰਦੇ ਆ ਉੱਥੇ 2% ਰਹਿੰਦੇ ਆ 98% ਲੋਕ ਸ਼ਹਿਰਾਂ ਚ ਰਹਿੰਦੇ ਆ ਤੇ ਜੋ ਸ਼ਹਿਰਾਂ ਦਾ ਇਨਫਰਾਸਟ੍ਰਕਚਰ ਹੈ ਉਹ ਲੱਗ ਗਿਆ ਸ਼ਹਿਰਾਂ ਦੀਆਂ ਰਿਕੁਆਇਰਮੈਂਟਸ ਲੱਗ ਗਿਆ ਉਹ ਹਾਈ ਹਾਈ ਟੈਕ ਹੈ ਹਮਮ ਤੁਹਾਡੇ ਤੋਂ ਡਿਮਾਂਡ ਬਹੁਤ ਕੁਝ ਕਰਦਾ ਫੇਰ ਹੀ ਤੁਸੀਂ ਇੱਥੇ ਮਤਲਬ ਟਿਕ ਸਕਦੇ ਹੋ ਨੋ ਡਾਊਟ ਉੱਥੇ ਤੁਸੀਂ ਬਹੁਤ ਜ਼ਿਆਦਾ ਕਮਾ ਸਕਦੇ ਆ ਬਟ ਤੁਹਾਨੂੰ ਬਹੁਤ ਜ਼ਿਆਦਾ ਦੇਣਾ ਵੀ ਪੈਂਦਾ ਸਕਿਲਸ ਬਹੁਤ ਚਾਹੀਦੀਆਂ ਕੰਮ ਕਰਨ ਲਈ ਕੰਮ ਕਰਨਾ ਪੈਂਦਾ ਤੇ ਫਿਰ ਤੁਸੀਂ ਉਹਦੇ ਚ ਨੋ ਡਾਊਟ ਕੰਪਰੋਮਾਈਜ਼ ਨਹੀਂ ਕਰ ਸਕਦੇ ਯੂ ਹੈਵ ਟੂ ਬੀ ਇਨਵੋਲਵ ਕਰਦਾ ਉਹਦੇ ਵਿੱਚ ਸਿਸਟਮ ਦੇ ਵਿੱਚ ਇਨਵੋਲਵ ਹੋਣਾ ਪੈਂਦਾ ਤੁਹਾਨੂੰ ਤੇ ਬਹੁਤ ਸਾਰੀਆਂ ਗੱਲਾਂ ਤੋਂ ਨਾਲ ਹਲੇ ਹੋਰ ਕਰਨੀਆਂ ਹਨ ਲੇਕਿਨ ਉਸ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਦੱਸਦਾ ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤੇ ਸਕਰੀਨ ਦੇ نیچے ਫਲੈਸ਼ ਕੀਤੇ ਹੋਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕਾਂਜੀ ਦੇ ਆਫਿਸ ਵਿੱਚ ਜਾ ਕੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਉਹਨਾਂ ਦੇ ਸਟਾਫ ਨੂੰ ਮਿਲ ਸਕਦੇ ਹੋ ਇਹਦੇ ਨਾਲ ਹੀ ਅਗਰ ਕੋਈ ਡਾਕੂਮੈਂਟਸ ਭੇਜਣਾ ਚਾਹੁੰਦੇ ਹੋ ਤੇ ਸਕਰੀਨ ਦੇ نیچے ਫਲੈਸ਼ ਕੀਤੇ ਹੋਏ ਈਮੇਲ ਆਈਡੀ ਤੇ ਭੇਜ ਸਕਦੇ ਹੋ ਅਚਕੰਜੀ ਨਿਊਜ਼ੀਲੈਂਡ ਦੀ ਅਸੀਂ ਗੱਲ ਨਹੀਂ ਕੀਤੀ ਤੁਸੀਂ ਨਿਊਜ਼ੀਲੈਂਡ ਵੀ ਭੇਜਦੇ ਹੋ ਬੱਚੇ ਅੱਛਾ ਨਿਊਜ਼ੀਲੈਂਡ ਬਹੁਤ ਹੀ ਸੋਹਣੀ ਡੈਸਟੀਨੇਸ਼ਨ ਮੰਨੀ ਗਈ ਹੈ ਹੌਲੀਡੇ ਲਈ ਵੀ ਤੇ ਪੜਨ ਲਈ ਵੀ ਤੇ ਸੈੱਟ ਹੋਣ ਲਈ ਵੀ ਨਿਊਜ਼ੀਲੈਂਡ ਜਾਣ ਦਾ ਇੰਟਰਸਟ ਸ਼ੋਅ ਕਰਦੇ ਨੇ ਬੱਚੇ ਖੁਦ ਆਂਦੇ ਨੇ ਤੁਹਾਡੇ ਕੋਲ ਕਿ ਅਸੀਂ ਨਿਊਜ਼ੀਲੈਂਡ ਜਾਣਾ ਹੈ ਹਾਂ ਜੀ ਬੱਚਿਆਂ ਦਾ ਕਾਫੀ ਇੰਟਰਸਟ ਹੈ ਖਾਸ ਕਰਕੇ ਪੰਜਾਬ ਰੀਜਨ ਦਾ ਮਤਲਬ ਇਵਨ ਤੁਹਾਨੂੰ ਮੈਂ ਦੱਸਣਾ ਚਾਹੁੰਗਾ ਜਿਹੜੇ ਇੰਡੀਆ ਤੋਂ ਟੋਟਲ ਸਟੂਡੈਂਟ ਜਾਂਦੇ ਆ ਉਹਨਾਂ ਦਾ 47% ਪੰਜਾਬ ਤੋਂ ਜਾਂਦਾ ਨਿਊਜ਼ੀਲੈਂਡ ਤਾਂ ਕਾਫੀ ਵੱਡਾ ਨੰਬਰ ਹੈ ਬਹੁਤ ਬੱਚੇ ਨਿਊਜ਼ੀਲੈਂਡ ਜਾਣਾ ਚਾਹੁੰਦੇ ਮੈਂ ਨਿਊਜ਼ੀਲੈਂਡ ਖੁਦ ਜੰਨਾ ਰਹਾ ਹਾਂ इवन ਮੈਂ ਸਾਰਾ ਨਿਊਜ਼ੀਲੈਂਡ ਬਾਏ ਰੋਡ ਟਰੈਵਲ ਕੀਤਾ ਹੋਇਆ ਵਾਓ ਕੀ ਕਾਰਨ ਹੈ ਕਿ ਇੰਨਾ ਫੇਵਰਟ ਹੈ ਸਾਰਿਆਂ ਦਾ ਨਿਊਜ਼ੀਲੈਂਡ ਬਹੁਤ ਬਿਊਟੀਫੁੱਲ ਹੈ ਕਿ ਤਾਂ ਨਾ ਉੱਥੇ ਇੱਕ ਸਿਟੀ ਹੈ ਕਵਿੰਸਟਾਊਨ ਹੂੰ ਹੂੰ ਕਵਿੰਸਟਾਊਨ ਸੈਕੰਡ ਮੋਸਟ ਬੈਸਟ ਸੀਨ ਦੇ ਕਿ ਬਿਊਟੀ ਹੈ ਵਰਲਡ ਦੇ ਵਿੱਚ ਹੂੰ ਹੂੰ ਜੋ ਕਵਿੰਸਟਾਊਨ ਦੀ ਐਕਚੁਅਲ ਆਪਣੀ ਪੋਪੂਲੇਸ਼ਨ 7-8000 ਹੈ ਲੇਕਿਨ ਯੂ ਗੋ ਐਨੀ ਐਨੀ ਡੇ देयर ਤੁਸੀਂ ਮਤਲਬ 2-3 ਲੱਖ ਟੂਰਿਸਟ ਉੱਥੇ ਪਾਉਂਗੇ ਹਮੇਸ਼ਾ ਓ ਵਾਓ ਇੰਨੇ ਟੂ ਇਹੀ ਨਹੀਂ ਆ ਸਰ ਇਹ ਤੋਂ ਲਾ ਬ ਇਕਨੋਮੀ ਬਹੁਤ ਸਟਰੋਂਗ ਆ ਰੀਜ਼ਨ ਬੀਇੰਗ ਕਿ ਐਗਰੀਕਲਚਰ ਬਹੁਤ ਸਟਰੋਂਗ ਆ ਵਾਈਨ ਵਿਟਿਕਲਚਰ ਇੰਡਸਟਰੀ ਵਰਡ ਦਾ ਬਹੁਤ ਕੰਮ ਹੈਗਾ ਐਕਸਪੋਰਟ ਮਤਲਬ ਨਿਊਜ਼ੀਲੈਂਡ ਐਕਸਪੋਰਟ ਬਹੁਤ ਕਰਦਾ ਡੇਰੀ ਪ੍ਰੋਡਕਟਸ ਦੇ ਵਿੱਚ ਫੋਂਟੇਰਾ ਨਾਮ ਦੀ ਕੰਪਨੀ ਆ ਨਿਊਜ਼ੀਲੈਂਡ ਦੀ ਆ ਉਹ ਸਭ ਤੋਂ ਵੱਡੀ ਮਲਟੀਨੇਸ਼ਨਲ ਲੈਵਲ ਦੀ ਮਤਲਬ ਈਵਨ ਛੋਟਾ ਜਿਹਾ ਕੰਟਰੀ ਹੋਣ ਦੇ ਬਾਵਜੂਦ ਸਭ ਤੋਂ ਵੱਧ ਮਿਲਕ ਪ੍ਰੋਡਕਟਸ ਨਿਊਜ਼ੀਲੈਂਡ ਐਕਸਪੋਰਟ ਕਰਦਾ ਹੈ ਤੇ ਬਹੁਤ ਜ਼ਿਆਦਾ ਓਪਰਚ्युनिटीਜ਼ ਆ ਬੱਚਿਆਂ ਲਈ ਪਲੱਸ ਕਾਸਟ ਬਹੁਤ ਕਾ ਰੀਜ਼ਨੇਬਲ ਆ ਤੁਹਾਡੀ ਜੋ ਕਾਸਟ ਆਫ ਸੈਟਲਮੈਂਟ ਜਿੱਦਾਂ ਹੋਰ ਕੰਟਰੀ ਦੇ ਵਿੱਚ ਤੁਹਾਨੂੰ 2 ਜਾਂ 3 ਸਾਲ ਹੂੰ ਹੂੰ ਪੜਨਾ ਪੈਣਾ ਤੇ ਹਰ ਇੱਕ ਸਾਲ ਦੀ 10-12 ਲੱਖ ਪਈ ਜੀ ਜੀ ਇੱਥੇ ਤੁਹਾਨੂੰ 1.5 ਸਾਲ ਪੜਨਾ ਪੈਣਾ ਅੱਛਾ ਤੇ ਉਹਦੀ ਕਾਸਟ 8 ਤੋਂ ਮਤਲਬ ਤੁਹਾਡੀ 10 ਲੱਖ ਦੇ ਵਿੱਚ ਇੱਕ ਪਰਪਸ ਹੱਲ ਹੋ ਜਾਂਦਾ ਨਿਊਜ਼ੀਲੈਂਡ 'ਚ 8 ਤੋਂ 10 ਲੱਖ ਲਗਾ ਕੇ ਤੁਹਾਡੀ ਪੀਆਰ ਹੋ ਜਾਂਦੀ ਹੈ ਅੱਛਾ ਦੂਸਰੇ ਕੰਟਰੀ ਦੇ ਵਿੱਚ 30 ਲੱਖ ਤੁਹਾਨੂੰ ਐਜੂਕੇਸ਼ਨ ਤੇ ਲਗਾਉਣਾ ਪੈਣਾ ਤੇ ਕਿੱਦਾਂ ਦੇ ਕੋਰਸ ਕਰਨੇ ਪੈਂਦੇ ਆ ਜਿਵੇਂ 1.5 ਸਾਲ ਵਿੱਚ ਐਜੂਕੇਸ਼ਨ ਕੰਪਲੀਟ ਹੋ ਜਾਂਦੀ ਹੈ ਨਿਊਜ਼ੀਲੈਂਡ ਦਾ ਇੱਕ ਛੋਟਾ ਜਿਹਾ ਤੁਸੀਂ ਡਿਪਲੋਮਾ ਕਰ ਲੋ ਮੈਨੂਫੈਕਚਰਿੰਗ ਕਰ ਲੋ ਜਨਰਿੰਗ ਦੇ ਵਿੱਚ ਕਰ ਲੋ ਆਈਟੀ ਦੇ ਵਿੱਚ ਕਰ ਲੋ ਹਮ ਹਸਪਿਟਲਿਟੀ ਦੇ ਵਿੱਚ ਕਰ ਲੋ ਯੂ ਗੈਟ ਦ ਪੀਆਰ ਯੂ ਕੁਆਲੀਫਾਈ ਫॉर ਪੀਆਰ ਓਕੇ ਫਿਰ ਤੁਹਾਨੂੰ ਤੁਹਾਨੂੰ ਟਾਈਮ ਮਿਲਦਾ ਇੱਕ ਸਾਲ ਦਾ ਜੌਬ ਸਟ ਵੀਜ਼ਾ ਫਾਈਂਡ ਅ ਰੈਲੇਵੈਂਟ ਜੌਬ ਓਕੇ ਤੇ ਤੁਸੀਂ ਪੀਆਰ ਲਈ ਅਪਲਾਈ ਕਰ ਸਕਦੇ ਹੋ ਮਤਲਬ ਸ਼ਾਰਟੇਸਟ ਪੋਸੀਬਲ ਹੈਗਾ ਟੂ ਰੈਜ਼ਿਡੈਂਸ ਬਾਕੀ ਤੁਹਾਨੂੰ ਹੋਰ ਕਿਤੇ ਵੀ ਜਾਓਗੇ ਤਾਂ 2 ਜਾਂ 3 ਸਾਲ ਦੀ ਸਟੱਡੀ ਹੈ ਹਮ ਹਮ ਉਸ ਤੋਂ ਬਾਅਦ ਫਿਰ 2-3 ਸਾਲ ਦਾ ਤੁਹਾਨੂੰ ਟਾਈਮ ਪ੍ਰੋਸੈਸ ਬਹੁਤ ਲੰਬਾ ਹੈ ਇੱਥੇ ਤੁਹਾਡੇ ਕੋਲ ਇੱਕ ਜੌਬ ਆਫਰ ਆ ਗਈ ਤੁਹਾਡੇ ਹੱਥੇ ਤੁਸੀਂ ਰੈਜ਼ੀਡੈਂਸ ਅਪਲਾਈ ਕਰ ਸਕਦੇ ਹੋ ਜੌਬ ਆਫਰਸ ਕਾਫੀ ਅਵੇਲੇਬਲ ਹੈ ਅਤੇ ਪੜਨ ਵਾਲੇ ਬੱਚੇ ਲਈ ਅੱਛਾ ਜਿਹੜਾ ਮਤਲਬ ਸਿਟੀ ਦੇ ਵਿੱਚ ਰਹੇਗਾ ਉੱਥੇ ਕੁਛ ਨਾ ਕੁਛ ਕੋਈ ਵੀ ਕੰਮ ਕਰ ਲੈ ਕਿਸੇ ਕੈਫੇ ਤੇ ਵੀ ਲੱਗ ਜੇ ਧੀਰੇ ਧੀਰੇ ਉਹ ਕੈਫੇ ਮੈਨੇਜਰ ਬਣ ਜਾਂਦਾ ਜਾ ਸ਼ਿਫਟ ਮੈਨੇਜਰ ਬਣ ਜਾਂਦਾ ਪੀਜ਼ਾ ਦੇ ਉੱਤੇ ਜਾਂ ਮੱਕ ਡਾਉਨਰਡ ਦੇ ਉੱਤੇ ਤਾਂ ਪੀਆਰ ਹੋ ਜਾਂਦੀ ਜੌਬ ਆਫਰ ਮਿਲ ਜਾਂਦੇ ਤੇ ਮੈਂ ਵੀ ਸੁਣਿਆ ਕਿ ਕਰਾਈਮ ਵੀ ਨਹੀਂ ਹੈਗਾ ਨਿਊਜ਼ੀਲੈਂਡ ਵਿੱਚ ਸੇਫ ਹੈ ਬੱਚਾ ਬਿਲਕੁਲ ਹਾਂ ਆਲਮੋਸਟ ਅ ਨੈਗਲੀਜੀਬਲ ਹੈ ਜਿਉਂਕਿ ਆਪਾਂ ਨਹੀਂ ਤਾਂ ਬਹੁਤ ਸਟਰੋਂਗ ਸਟੇਟਮੈਂਟ ਹੋਦੀ ਕਿ ਕਿਉਂਕਿ ਨਹੀਂ ਵਾਲਾ ਤਾਂ ਕੋਈ ਨਹੀਂ ਹੈਗਾ ਕੰਟਰੀ ਥੋੜਾ ਬਹੁਤ ਤਾਂ ਹੋਏਗਾ ਉੱਥੇ ਮਤਲਬ ਇੰਡੀਆ ਦੇ ਕੰਪੈਰੀਸਨ ਚ ਤਾਂ ਬਹੁਤ ਘੱਟ ਹੋਵੇਗਾ ਈਵਨ ਅਸੀਂ ਮਤਲਬ ਲਿਵਿੰਗ ਲਈ ਅਗਰ ਦੇਖੀਏ ਜਿਹੜਾ ਆਕਲੈਂਡ ਹੈਗਾ ਮਤਲਬ 2010 ਦੇ ਵਿੱਚ ਬੈਸਟ ਸਿਟੀ ਹੈਗਾ ਵਰਲਡ ਦੇ ਵਿੱਚ ਫ ਹੌਣ ਮੇਰੇ ਖਿਆਲ ਨਾਲ ਟੌਪ 4 5 ਦੇ ਵਿੱਚ ਜਾਂਦਾ ਹੁਣ ਵੀ ਤੇ ਬਾਕੀ ਕੰਟਰੀਜ਼ ਨੂੰ ਅਗਰ ਅਸੀਂ ਕੰਪੇਅਰ ਕਰਦੇ ਹਾਂ ਨਿਊਜ਼ੀਲੈਂਡ ਦੇ ਨਾਲ ਕਿੰਨਾ ਕੋ ਕ੍ਰਾਈਮ ਹੈਗਾ ਨਿਊਜ਼ੀਲੈਂਡ ਵਿੱਚ ਕਿਉਂਕਿ ਬੱਚੇ ਥੋੜਾ ਕਿਤਨਾ ਕਿਤੇ ਐਪਰੀਹੈਂਸਿਵ ਹੁੰਦੇ ਨੇ ਆਸਟ੍ਰੇਲੀਆ ਜਾਂ ਵਿੱਚ ਕੈਨੇਡਾ ਜਾਂ ਵਿੱਚ ਬਟ ਨਿਊਜ਼ੀਲੈਂਡ ਦੀ ਕਦੀ ਅਸੀਂ ਕੋਈ ਖਬਰ ਨਹੀਂ ਸੁਣੀ ਹਾਂ ਨਿਊਜ਼ੀਲੈਂਡ ਦੇ ਵਿੱਚ ਕੁਝ ਨਹੀਂ ਆਈ ਥਿੰਕ ਕ੍ਰਾਈਮ ਕ੍ਰੀਮ ਵਾਲਾ ਤਾਂ ਕੋਈ ਸੀਨ ਨਹੀਂ ਹੈਗਾ ਉੱਥੇ ਕਿਉਂਕਿ ਲੋਕ ਬੜੇ ਫ੍ਰੈਂਡਲੀ ਆ ਅੱਛੇ ਆ ਵੈਲਕਮਿੰਗ ਆ ਪੀਸ ਲਵਰ ਕਾਫੀ ਹਾਂਜੀ ਹਾਂਜੀ ਕਾਫੀ ਮੇਰੇ ਫ੍ਰੈਂਡਸ ਹੈਗੇ ਆ ਕੀਵੀਸ ਤੇ ਜਿਹੜੇ ਕਾਲਜ ਦੇ ਓਨਰ ਹੈ ਜਾਂ ਡਾਇਰੈਕਟਰਸ ਪ੍ਰਿੰਸੀਪल्स ਆਪਣੇ ਘਰ ਵੀ ਲੈ ਜਾਂਦੇ ਜਦੋਂ ਉਹਨਾਂ ਦੀ ਵਿਜ਼ਿਟ ਕਰੀਦਾ ਉੱਥੇ ਘਰ ਵੀ ਲੈ ਜਾਂਦੇ ਆ ਜੋ ਸਾਡੇ ਘਰ ਹੂੰ ਹੂੰ ਡਿਨਰ ਤੇ ਜਾਂ ਕੁਝ ਮਤਲਬ ਕਾਫੀ ਫ੍ਰੈਂਡਲੀ ਨਾਈਸ ਲੋਗ ਹੈ ਮੈਨੂੰ ਲੱਗਦਾ ਕੋਈ ਫਰਕ ਕਰਦੀ ਹੈ ਕਿ ਇੰਡੀਅਨ ਹੈ ਜਾਂ ਕੋਈ ਹੈ ਅੱਛਾ ਹੋਰ ਕੀ ਕੀ ਰਿਕੁਆਇਰਮੈਂਟਸ ਨੇ ਨਿਊਜ਼ੀਲੈਂਡ ਦੀਆਂ ਨਿਊਜ਼ੀਲੈਂਡ ਦਾ ਬਹੁਤ ਈਜ਼ੀ ਹੈ ਜੀ ਅੱਜ ਦੇ ਟਾਈਮ ਦਾ ਹੁਣ ਤਾਂ ਮਤਲਬ ਵੀਜ਼ਾ ਵਗੈਰਾ ਲੈਣਾ ਦੇ ਕਿਸੇ ਨੇ ਉੱਤੇ ਜਾ ਕੇ ਸੈਟਲ ਹੋਣਾ ਜਾਂ ਸਟੱਡੀ ਕਰਨਾ ਇਸ ਵੇਲੇ 골ਡਨ ਚਾਂਸ ਹੈਗਾ ਅੱਛਾ ਕਿਉਂਕਿ ਤੁਸੀਂ ਕਿਸੇ ਵੀ ਬੋਰਡ ਤੋਂ ਸਟੱਡੀ ਕੀਤੀ ਆ ਤੁਸੀਂ IELTS ਨਹੀਂ ਵੀ अच्छा एक कॉलेज अपनी असेसमेंट करेगा कि ਤੁਹਾਡੀ ਇੰਗਲਿਸ਼ ਠੀਕ ਹੈ ਹਮ ਹਮ ਤਾਂ ਉਹਦੇ ਬੇਸ ਤੇ ਤੁਹਾਡਾ ਅਗਰ ਐਡਮਿਸ਼ਨ ਹੋ ਗਿਆ ਤਾਂ ਵੀਜ਼ਾ ਨਾਟ ਆਈਸ਼ੂ ਵੀਜ਼ਾ ਤੁਹਾਨੂੰ ਮਿਲ ਜਾਏਗਾ ਹਮ ਹਮ ਤੇ ਤੁਹਾਡਾ ਅਗਰ ਤੁਸੀਂ 2012 ਜਾਂ ਉਸ ਤੋਂ ਬਾਅਦ ਕੀਤੀ ਹੈ 12 ਚ ਜਾਂ 13 ਚ ਪਲੱਸ 2 ਇੱਕ ਦੋ ਸਾਲ ਦਾ ਗੈਪ ਵੀ ਹੈ ਹਮ ਹਮ ਜਾਂ ਇੱਕ ਦੋ ਸਾਲ ਕੋਈ ਕੰਮ ਕਰ ਰਹੇ ਸੀ ਉਹ ਵੀ ਐਕਸੈਪਟੇਬਲ ਆ ਕੋਈ ਇਸ਼ੂ ਨਹੀਂ ਆ ਰਿਹਾ ਵੀਜ਼ਾ ਦੇ ਵਿੱਚ ਓਪਨ ਬੋਰਡ ਆ ਤੁਹਾਡਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ ਹਰਿਆਣਾ ਬੋਰਡ ਆ ਸੀਬੀਐਸਸੀ ਆ ਕੋਈ ਵੀ ਮਤਲਬ ਕਾਫੀ ਲੀਨਿਅੰਟ ਹੈਗਾ ਕਾਫੀ ਲੀਨਿਅੰਟ ਤੇ ਕੋਸਟ ਆਫ ਐਜੂਕੇਸ਼ਨ ਕਿੰਨੀ ਕੁ ਆ ਕਾਸਟ ਆਫ ਐਜੂਕੇਸ਼ਨ ਕਾਫੀ ਘਟਾ ਹੈ ਜੀ ਐਸ ਕੰਪੇਅਰ ਟੂ ਅਦਰ ਕੰਟਰੀਜ਼ ਇਵਨ ਐਸ ਕੰਪੇਅਰ ਟੂ ਇੰਡੀਆ ਅਬਾਊਟ 7-8 ਲੱਖ ਤੁਹਾਨੂੰ ਸਾਲ ਦੀ ਕਾਸਟ ਪੈਗੀ 1.5 ਸਾਲ ਦੀ ਤੁਸੀਂ ਲਗਾ ਲਓ ਹਮ ਅਰਾਊਂਡ 10 ਲੱਖ ਦੇ ਵਿੱਚ ਤੁਹਾਡਾ ਇਵਨ ਕੁਝ ਕਾਲਜਸ ਸਾਡੇ ਕੋਲ ਐ ਸਕਾਲਰਸ਼ਿਪ ਦੇ ਰਹੇ ਆ ਹਮ ਸਟੂਡੈਂਟ ਨੂੰ ਤੁਹਾਡੀ 2 ਸਾਲ ਦੀ ਕਾਸਟ 8 ਲੱਖ ਹੈ ਅੱਛਾ 8 ਲੱਖ ਤੁਸੀਂ ਉਹਨਾਂ ਨੂੰ ਇਨ ਵਨ ਗੋ ਦੇ ਦੋ ਤਾਂ ਤੁਹਾਨੂੰ ਨੈਕਸਟ ਈਅਰ ਦੀ ਫੀਸ ਵੇਵ ਆਫ ਕਰ ਦਿੰਦੇ ਆ ਤਾਂ ਉਹ ਤੁਸੀਂ ਸਕਾਲਰਸ਼ਿਪਸ ਦਾ ਫਾਇਦਾ ਚੱਕ ਸਕਦੇ ਹੋ ਇਸ ਵੇਲੇ ਅੱਛੇ ਕਾਲਜਸ ਇਹ ਕੈਟੇਗਰੀ ਕਾਲਜਸ ਹਮ ਅਸੀਂ ਜੋ ਕਾਲਜੇਸ ਮਤਲਬ ਰਿਪਰੈਜ਼ੈਂਟ ਕਰਦੇ ਆ ਜਾਂ ਜਿੱਥੇ ਭੇਜਦੇ ਆ ਜਾਂ ਤਾਂ ਗਵਰਨਮੈਂਟ ਪੋਲੀਟੈਕ ਜਾਂ ਯੂਨੀਵਰਸਿਟੀਜ਼ ਜਾਂ ਫਿਰ ਕੈਟਾਗਰੀ 1 ਇੰਸਟੀਟਿਊਟ ਉਹ ਸਿਰਫ 7 ਹੈਗੇ ਆ ਹਮਮ ਮਤਲਬ ਪ੍ਰਾਈਵੇਟ ਕਾਲਜੇਸ ਬਹੁਤ سارے ਆ ਕੈਟਾਗਰੀ 3 ਐਂਡ 4 ਦਾ ਵੀਜ਼ਾ ਨਹੀਂ ਮਿਲਣਾ 2 ਵਿੱਚ ਸ਼ਾਇਦ ਤੁਹਾਨੂੰ ਵੀਜ਼ਾ ਮਿਲਦੇ ਬਟ ਉਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਸਕਦੀ ਹੈ ਗੱਲੋਂ ਹਮਮ ਅਸੀਂ ਸਿਰਫ ਜੋ ਕਰਦੇ ਆ ਅਸੀਂ ਇਹ ਵੈਰੀਫਾਈ ਕਰਦੇ ਰਹਿੰਦੇ ਆ NZQA ਦੀ ਵੈਬਸਾਈਟ ਤੇ ਜਾ ਕੇ EIR ਕਹਿੰਦੇ ਐਕਸਟਰਨਲ ਰੀਵਿਊ ਰਿਪੋਰਟ ਹੁੰਦੀ ਆ ਉਹਨਾਂ ਦੀ ਉਹ ਰਿਪੋਰਟ ਸਾਨੂੰ ਰੈਗੂਲਰ ਪੜ੍ਹਨੀ ਪੈਂਦੀ ਆ ਕਿਹੜੇ ਪਾਰਟਨਰ ਨਾਲ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦਾ ਲਾਸਟ ਆਡਿਟ ਕਦੋਂ ਹੋਇਆ ਸੀ ਹੁਣ ਕਦੋਂ ਹੋਣਾ ਉਹ ਕੁਆਲਿਟੀ ਹੈ ਕਿ ਨਹੀਂ ਇਹ ਨਾ ਹੋਏ ਕਿ ਸਟੂਡੈਂਟ ਨੂੰ ਅਸੀਂ ਭੇਜ ਦਈਏ ਸਾਡਾ 1.5 ਸਾਲ ਦਾ ਕੋਰਸ ਕਰਨ ਲਈ 8 ਮਹੀਨੇ ਬਾਅਦ ਕਾਲਜ ਹੀ ਬੰਦ ਹੋ ਗਏ ਬਿਲਕੁਲ ਬਿਲਕੁਲ ਤੇ ਉਹਦਾ ਪੈਸਾ ਵੀ ਟਾਈਮ ਵੀ ਵੇਸਟ ਹੋ ਜਾਵੇ ਉਹਨਾਂ ਤੋਂ ਉਹਨਾਂ ਨੂੰ ਅਵੋਇਡ ਕਰਨਾ ਬਾਕੀ ਅਦਰਵਾਈਜ਼ ਨਿਊਜ਼ੀਲੈਂਡ ਇਸ ਵੇਲੇ ਬਹੁਤ ਤੁਹਾਨੂੰ ਫੈਸਿਲਿਟੀ ਦੇ ਰਿਹਾ ਵੀਜ਼ਾ ਦੇ ਰਿਹਾ ਸੈਟਲਮੈਂਟ ਚਾਂਸ ਉਹਦਾ ਆਪਾਂ ਮੈਕਸਿਮਮ ਅਜੋ ਤੇ ਕੰਮ ਕੰਮ ਜਿਹੜਾ ਹੈਗਾ ਉਹ ਕਿਸ ਫੀਲਡ ਵਿੱਚ ਜ਼ਿਆਦਾ ਜਿਵੇਂ ਅਸੀਂ ਐਗਰੀਕਲਚਰ ਦੀ ਗੱਲ ਕੀਤੀ ਉਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਫੀਲਡ ਵਿੱਚ ਬੱਚਾ ਉੱਥੇ ਕੰਮ ਕਰ ਸਕਦਾ ਐਗਰੀਕਲਚਰ ਦਾ ਕਾਫੀ ਕੰਮ ਹੈਗਾ ਜੀ ਉਸ ਤੋਂ ਇਲਾਵਾ ਡੇਰੀ ਨਾਲ ਰਿਲੇਟਡ ਦੇ ਸਰਵਿਸ ਸੈਕਟਰ ਅੱਛਾ ਹੋਟਲਸ ਬੈਂਕਸ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਰਵਿਸ ਸੈਕਟਰ ਦੇ ਵਿੱਚ ਜੌਬਸ ਲੈ ਸਕਦੇ ਹੋ ਓਕੇ ਤੇ ਸਪਾਊਸ ਵੀ ਜਾ ਸਕਦਾ ਨਾਲ ਨਿਊਜ਼ੀਲੈਂਡ ਹਾਂਜੀ ਸਪਾਊਸ ਜਾ ਸਕਦਾ ਜੀ ਅਗਰ ਤੁਹਾਡਾ ਕੋਰਸ ਪੀਜੀ ਹੈ ਹੂੰ ਹੂੰ ਤੇ ਲੈਵਲ 8 ਤੋਂ ਹਾਇਰ ਹੈਗਾ ਤਾਂ ਸਪਾਊਸ ਨੂੰ ਵਰਕ ਵੀਜ਼ਾ ਮਿਲੇਗਾ ਅਦਰਵਾਈਜ਼ ਉਹਨੂੰ ਵਿਜ਼ਟਰ ਵੀਜ਼ਾ ਮਿਲ ਜਾਏਗਾ ਲੇਕਿਨ ਸਪਾਊਸ ਜਾ ਸਕਦਾ ਹੈ ਕੋਈ ਪ੍ਰੋਬਲਮ ਨਹੀਂ ਹੈ ਮੈਰਿਜ ਵਗੈਰਾ ਜੈਨੂਇਨ ਸਾਰਾ ਪੇਪਰ ਵਰਕ ਜੋ ਹੈਗਾ ਸੋਸ਼ਲ ਲੀਗਲ ਉਹ ਸਾਰੇ ਪ੍ਰੂਫ ਹੋਣੇ ਚਾਹੀਦੇ ਆ ਤੇ ਅਸੀਂ ਐਜ਼ ਅ ਲਾਇਸੈਂਸਡ ਐਡਵਾਈਜ਼ਰ ਤੁਹਾਡਾ ਕੇਸ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ ਕਿਉਂਕਿ ਜੋ ਅਨਲਾਈਸੈਂਸਡ ਬੰਦਾ ਉਹਨੂੰ ਅਲਾਉਡ ਨਹੀਂ ਆ ਸਟੂਡੈਂਟ ਵੀਜ਼ਾ ਤੋਂ ਇਲਾਵਾ ਕਿਉਂਕਿ ਸਪਾਊਸ ਦਾ ਵਿਜ਼ਟਰ ਜਾਂ ਵਰਕ ਲਗਣਾ ਤੇ ਇਹ ਸਿਰਫ ਲਾਇਸੈਂਸਡ ਐਡਵਾਈਜ਼ਰਸ ਨੂੰ ਅਲਾਉਡ ਆ ਇਹ ਲਗਾਣਾ ਤੇ ਇੰਡੀਆ ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਿਰ 12 ਹੈਗੇ ਆ ਤੇ ਨੌਰਥ ਦੇ ਵਿੱਚ ਸਿਰਫ ਤਿੰਨ ਹੈਗੇ ਆ ਉਹਨਾਂ ਨੂੰ ਸਾਡੇ ਕੋਲ ਆਉਣਾ ਪਏਗਾ ਇਨ ਕੇਸ ਕਿਸੇ ਹੋਰ ਦੇ ਕੋਲ ਚਲੇ ਵੀ ਜਾਂਦੇ ਆ ਜਾਂ ਤਾਂ ਉਹਨਾਂ ਨੂੰ ਰਫਿਊਜ਼ਲ ਮਿਲੇਗਾ ਜਾਂ ਕੋਈ ਪ੍ਰੋਬਲਮ ਆਏਗੀ ਜਾਂ ਇਮੀਗ੍ਰੇਸ਼ਨ ਪੁੱਛੇਗੀ ਤੁਸੀਂ ਕਿਤੋਂ ਡਵਾਈਸ ਲਈ ਉਹਨਾਂ ਨੇ ਕਿਸੇ ਅਨਲਾਈਸੈਂਸ ਦਾ ਨਾਮ ਵੀ ਲੇਤਾ ਤਾਂ ਰਫਿਊਜ਼ਲ ਹੋ ਜਾਣਾ ਉਹਨਾਂ ਦਾ ਕੁਝ ਏਜੰਟ ਕੀ ਕਰਦੇ ਆ ਉਹਨਾਂ ਕੋਲ ਖੁਦ ਕੋਲ ਲਾਈਸੈਂਸ ਨਹੀਂ ਆ ਉਹ ਸਟੂਡੈਂਟ ਦੇ ਨਾਮ ਤੇ ਲਗਾ ਦਿੰਦੇ ਕਿਉਂਕਿ ਸਟੂਡੈਂਟ ਖੁਦ ਲਗਾ ਸਕਦਾ ਅੱਛਾ ਸਟੂਡੈਂਟ ਨੂੰ ਤਾਂ ਐਗਜ਼ੈਂਟਡ ਹੈ ओके एडवाइस ਨਹੀਂ ਐਗਜ਼ੈਂਟਡ ਮਤਲਬ ਲੇਕਿਨ ਸਾਨੂੰ ਐਡਵਾਂਟੇਜ ਇਹ ਹੈ ਕਿ ਸਾਨੂੰ ਕੁਝ ਵੇਟੇਜ ਵੀ ਮਿਲਦੀ ਹੈ ਹੂੰ ਹੂੰ ਅਗਰ ਅਸੀਂ ਆਪਣੇ ਲਾਇਸੈਂਸ ਦੇ ਅੰਡਰ ਕੇਸ ਲਗਾਣੇ ਆ ਤਾਂ ਅਸੀਂ ਜ਼ਿੰਮੇਵਾਰੀ ਵੀ ਲੈਣੇ ਆ ਸਾਨੂੰ ਪੁੱਛ ਸਕਦੇ ਆ ਕੱਲ ਨੂੰ ਕਿ ਤੁਸੀਂ ਕੇਸ ਸਹੀ ਲਗਾਇਆ ਇਸ ਲਈ ਸਾਡੇ ਵੀਜ਼ਾ ਸਕਸੈਸ ਰੇਟ ਬਹੁਤ ਹਾਈ ਹੈ ਕੁਝ ਹੋਰ ਦੱਸਣਾ ਚਾਹੋਗੇ ਨਿਊਜ਼ੀਲੈਂਡ ਬਾਰੇ ਨਿਊਜ਼ੀਲੈਂਡ ਬਾਰੇ ਇਹੀ ਮੈਂ ਤਾਂ ਕਹਿਣਾ ਚਾਹੁੰਦਾ ਜੀ ਇਟਸ ਅ ਗੁੱਡ ਓਪਰਚ्युनिटी ਲੀਨਿਐਂਟ ਹੈਗਾ ਇਸ ਵਕਤ ਤੁਸੀਂ ਇਹਦਾ ਮੈਕਸਿਮਮ ਬੈਨੀਫਿਟ ਲੈ ਸਕਦੇ ਆ ਅੱچھے ਕਾਲਜ ਯੂਨੀਵਰਸਿਟੀ ਕੈਟੇਗਰੀ ਤੇ ਇਹਦੇ ਵਿੱਚ ਜਾਓ ਪੜ੍ਹਨ ਲਈ ਜੇ ਤੁਸੀਂ ਆਸਟ੍ਰੇਲੀਆ ਜਾਂ ਕੈਨੇਡਾ ਲਈ ਕੁਆਲੀਫਾਈ ਨਹੀਂ ਕਰਦੇ ਫੋਰ ਐਗਜ਼ਾਮਪਲ ਤੁਹਾਨੂੰ ਆਸਟ੍ਰੇਲੀਆ ਜਾਂ ਕੈਨੇਡਾ ਲਈ ਆਇਲਸ ਚਾਹੀਦਾ ਪਰ ਨਿਊਜ਼ੀਲੈਂਡ ਲਈ ਆਇਲਸ ਨਹੀਂ ਚਾਹੀਦਾ ਤੁਸੀਂ ਨਿਊਜ਼ੀਲੈਂਡ ਚਲੇ ਜਾਓ ਉੱਥੇ ਦੇ ਕਾਲਜਸ ਜਾਂ ਯੂਨੀਵਰਸਿਟੀਆਂ ਦੇ ਉਹਨਾਂ ਦੇ ਪਾਥਵੇ ਐਗਰੀਮੈਂਟ ਹੈ ਕਰੈਡਿਟਸ ਮਿਲਦੇ ਨੇ ਨਿਊਜ਼ੀਲੈਂਡ ਦੇ ਕਾਫੀ ਸਾਰੇ ਕਾਲਜ ਜਦੋਂ ਨਿਊਜ਼ੀ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਚ ਕ੍ਰੈਡਿਟ ਹੈ ਤੁਸੀਂ ਇੱਥੋਂ ਨਿਊਜ਼ੀਲੈਂਡ ਜਾਓ ਡੇਢ ਸਾਲ ਉੱਥੇ ਲਗਾ ਕੇ ਅਗਰ ਤੁਸੀਂ ਬਾਕੀ ਡਿਗਰੀ ਆਸਟ੍ਰੇਲੀਆ ਚ ਕਰ ਸਕਦੇ ਕੰਪਲੀਟ ਕਰਨਾ ਚਾਹਣੇ ਉਹ ਵੀ ਕਰ ਸਕਦੇ ਆ ਓਕੇ ਬਟ ਮੇਰੇ ਖਿਆਲ ਨਾਲ ਅਗਰ ਤੁਸੀਂ ਨਿਊਜ਼ੀਲੈਂਡ ਚਲੇ ਜਾਨੇ ਇੱਕ ਵਾਰ ਉਹ ਇੰਨਾ ਵਧੀਆ ਜਗ੍ਹਾ ਹੈ ਕਿਸੇ ਦਾ ਦਿਲ ਹੀ ਨਹੀਂ ਕਰਦਾ ਕਿਤੇ ਉਹ ਮਨ ਕਰੇਗਾ ਉੱਥੇ ਸੈਟਲ ਹੋਣ ਦਾ ਪਰ ਜੇ ਤੁਹਾਡਾ ਇਹ ਵੀ ਮਨ ਹੈ ਕਿ ਤੁਸੀਂ ਅਸਟ੍ਰੇਲੀਆ ਦੀ ਵੀ ਡੀਲੀ ਕਰਨੀ ਆ ਜਾਂ ਤੁਸੀਂ ਥੋੜਾ ਅਰਨ ਜ਼ਿਆਦਾ ਕਰਨਾ ਆ ਅਸਟ੍ਰੇਲੀਆ 'ਚ ਥੋੜੀ ਅਰਨਿੰਗ ਜ਼ਿਆਦਾ ਅੱਛਾ ਅੱਛਾ ਜੇ ਤੁਸੀਂ ਅਰਨ ਜ਼ਿਆਦਾ ਕਰਨਾ ਤੇ ਉੱਥੇ ਮਾਈਗ੍ਰੇਟ ਕਰਨਾ ਚਾਹੁੰਦੇ ਆ ਤਾਂ ਉਹ ਡਾਇਰੈਕਟ ਕ੍ਰੈਡਿਟ ਪਾਥਵੇ ਹੈਗਾ ਫੀਸ ਭਰ ਕੇ ਤੁਹਾਨੂੰ ਆਰਾਮ ਨਾਲ ਵੀਜ਼ਾ ਮਿਲ ਜਾਂਦਾ ਅਸੀਂ ਲੋਕ ਗਾਈਡ ਕਰ ਦਿੰਦੇ ਹਾਂ ਬੱਚੇ ਨੂੰ ਅਸੀਂ ਪਾਰਟਨਰਸ਼ਿਪ ਹੈਗੀ ਆ ਪਾਥਵੇ ਹੈਗਾ ਤੇ ਉਹਨੇ ਪਾਥਵੇ ਦੇ ਥਰੂ ਜਾਣਾ ਚਾਹੁੰਦਾ ਹਾਂ ਅਸੀਂ ਉਹਦਾ ਕੇਸ ਉਦੋਂ ਵੀ ਪ੍ਰੋਸੈਸ ਕਰ ਸਕਦੇ ਹਾਂ ਸਾਡੇ ਕੋਲ ਫੇਰ ਸਾਨੂੰ ਕੰਟੈਕਟ ਕਰ ਸਕਦਾ ਜੀ ਉਹਦੇ ਵਿੱਚ ਕੋਈ ਪ੍ਰੋਬਲਮ ਹੀ ਨਹੀਂ ਆਦੀ ਬਿਲਕੁਲ ਇਟਸ ਇਟਸ ਵੈਰੀ ਵੈਰੀ ਈਜ਼ੀ ਅੱਛਾ ਕੰਗਜੀ ਤੁਸੀਂ ਜਾਣ ਤੋਂ ਪਹਿਲਾਂ ਵੀ ਉਸ ਨੂੰ ਕੁਝ ਕਹਿਣਾ ਚਾਹੋਗੇ ਵੀਅਰਸ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਉਹ ਥੋੜਾ ਕੁਆਲੀਫਾਈਡ ਏਜੰਟਸ ਕੋਲ ਜਾਣ ਚੈੱਕ ਕਰਨ ਕੌਣ ਕੁਆਲੀਫਾਈਡ ਹੈਗਾ ਤੇ ਉਹਨਾਂ ਦਾ ਟਰੈਕ ਰਿਕਾਰਡ ਕਿੰਦਾ ਹੈ ਕੀ ਹੈਗਾ ਜਿਸ ਤਰ੍ਹਾਂ ਅਸੀਂ ਸਾਰੇ ਵੀਜ਼ਾਸ ਟੈਸਟੀਮੋਨੀਅਲ ਸਭ ਅਸੀਂ ਵੈਬਸਾਈਟ ਤੇ ਪੋਸਟ ਕਰਦੇ ਰਹਿੰਦੇ ਸਾ ਉਦੇਤੇ ਦੇਖੋ ਕਿ ਕੀ-ਕੀ ਲਾਇਸੈਂਸ ਅਸੀਂ ਸਾਰੇ ਪੋਸਟ ਕੀਤੇ ਆ ਲੈਟੈਸਟ ਅਪਡੇਟ ਪੋਸਟ ਕੀਤੇ ਹੋਈਆਂ ਤੇ ਤੁਸੀਂ ਦੇਖ ਸਕਦੇ ਹੋ ਕ੍ਰੈਡੈਂਸ਼ੀਅਲ ਵੈਰੀਫਾਈ ਕਰਕੇ ਫਿਰ ਸਾਡੇ ਕੋਲ ਆਓ ਅਸੀਂ ਤੁਹਾਨੂੰ 100% ਸਕਸੈਸ ਤੇ ਲਾਵਾਂਗੇ ਥੈਂਕ ਯੂ ਸੋ ਮੱਚ ਕੰਗ ਜੀ ਹਮੇਸ਼ਾ ਦੀ ਤਰ੍ਹਾਂ ਬਹੁਤ ਕੁਝ ਨਵਾਂ ਤੁਸੀਂ ਦੱਸਿਆ ਤੇ ਬਹੁਤ ਹੀ ਵੱਡਮੁਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਥੈਂਕ ਯੂ ਸੋ ਮੱਚ ਥੈਂਕ ਯੂ ਤੋ ਦੋਸਤੋ ਐਸੀ ਮੁਲਾਕਾਤ ਗੁਰਵਿੰਦਰ ਸਿੰਘ ਕੰਗ ਦੇ ਨਾਲ ਫਰੋਮ ਵੈਸਟ ਹਾਈਲੈਂਡਰ ਇਮੀਗ੍ਰੇਸ਼ਨ ਕੰਸਲਟੈਂਸ ਪ੍ਰਾਈਵੇਟ ਲਿਮਟਿਡ ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤੇ ਸਕਰੀਨ ਦੇ نیچے ਫਲੈਸ਼ ਕੀਤੇ ਹੋਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਕੰਗ ਜੀ ਦੇ ਆਫਿਸ ਵਿੱਚ ਜਾ ਕੇ ਉਹਨਾਂ ਨੂੰ ਮਿਲ ਸਕਦੇ ਹੋ ਉਹਨਾਂ ਦੇ ਸਟਾਫ ਨੂੰ ਮਿਲ ਸਕਦੇ ਹੋ ਦੇ ਨਾਲ ਹੀ ਅਗਰ ਕੋਈ ਡਾਕੂਮੈਂਟਸ ਭੇਜਣਾ ਚਾਹੁੰਦੇ ਹੋ ਤੇ ਸਕਰੀਨ ਦੇ نیچے ਫਲੈਸ਼ ਕੀਤੇ ਹੋਏ ਈਮੇਲ ਆਈਡੀ ਤੇ ਭੇਜ ਸਕਦੇ ਹੋ ਅਗਲੀ ਵਾਰ ਇੱਕ ਹੋਰ ਐਕਸਪਰਟ ਦੇ ਨਾਲ ਮੈਂ ਜਸਸੀ ਤੋਂ ੜੀ ਮੁਲਾਕਾਤ ਕਰਾਵਾਂਗੀ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ